कि कदे कामरेड ते खालिस्तानी तरह जां कि इह कामरेड ते सिख तरह जिहड़े इह कदे रल के किसे इशू ते काम कर सकदे आ, नहीं हो सकदा। कहिंदे कम्यूनिज़म सिक्खी दे विच समा सकदा, सिक्खी कम्यूनिज़म च नहीं समा सकदी, इहदे च भेद आ सारा। मन लो दीप दे भोग ते बहुत सारे लोग इकट्ठे हुए है ना, बहुत रॉ लोग ने है ना, बहुत रॉ ने वो ਤੁਸੀਂ ਤੇ ਉਹ ਰੌ ਬੰਦੇ ਕੋਲ ਮੈਸੇਜ ਕੀ ਜਾ ਰਿਹਾ ਹੈਗਾ ਜਦੋਂ ਕਈ ਵਾਰ ਤੁਹਾਡੀ ਇੰਟਰਨਲ ਲੜਾਈਆਂ ਹੁੰਦੀਆਂ ਨੇਗੀਆਂ। ਪੰਜਾਬ ਦੇ ਖੱਬੇ ਪੱਖੀਆਂ ਨੇ ਇਹ ਗੱਲ ਨਹੀਂ ਸਮਝੀ ਕਿ ਜੇ ਅਸੀਂ ਕੇਂਦਰ ਸਰਕਾਰ ਨੂੰ ਟੱਕਰ ਦੇਣੀ ਹੈ, ਜੇ ਅਸੀਂ ਗਲੋਬਲ ਕੈਪੀਟਲਿਜ਼ਮ ਨੂੰ ਟੱਕਰ ਦੇਣੀ ਹੈ, ਸਾਨੂੰ ਸਿੱਖੀ ਨਾਲ ਐਂਟੈਗੋਨਿਜ਼ਮ ਖੜਾ ਨਹੀਂ ਕਰਨਾ ਚਾਹੀਦਾ। ਜੇ ਤੁਹਾਡੇ ਨਾਲ ਬਹਿਸ ਨੂੰ ਤਿਆਰ ਹੋਣ, ਕਦੇ ਤੁਸੀਂ ਤਿਆਰ ਹੋ, ਜੇ ਮੰਨ ਲਓ ਸੁਣਨ ਗਈ ਹੋ, ਜੇ ਤਿਆਰ ਹੋਣ ਤੁਸੀਂ ਤਿਆਰ ਹੋ। ਅਸੀਂ ਤਿਆਰ ਹਾਂ ਜੀ, ਬਿਲਕੁਲ। ਅਸੀਂ ਤਾਂ ਉਹਨੂੰ ਪਹਿਲਾਂ ਵੀ ਕਈ ਵਾਰੀ ਫੇਸਬੁੱਕ 'ਤੇ ਬੇਨਤੀ ਕਰ ਚੁੱਕੇ ਹਾਂ, ਪਰ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ। ਅਸੀਂ ਬਿਲਕੁਲ ਤਿਆਰ ਹਾਂ, ਜਦੋਂ ਮਰਜ਼ੀ। ਛੋਟੀਆਂ ਛੋਟੀਆਂ ਨੁਆਇਸਿਸ ਨੇ ਇਹ ਡਰਾਈਵ ਕਰਨ ਲੱਗ ਗਈਆਂ ਰਾਜਨੀਤੀ ਨੂੰ, ਜਿਵੇਂ ਸੋਸ਼ਲ ਮੀਡੀਆ ਦਾ ਪ੍ਰਭਾਵ ਪੰਜਾਬ 'ਚ ਵੀ ਦੇਖਿਆ ਗਿਆ ਕਿ ਕਲਚਰਲ ਜਿਹੜੀਆਂ ਚੀਜ਼ਾਂ ਨੇ, ਕਲਚਰ ਰਾਜਨੀਤੀ ਨੂੰ ਡਰਾਈਵ ਕਰਨ ਲੱਗ ਗਿਆ। ਐਵਰੀ ਟੂਲ ਇਜ਼ ਅ ਵੈਪਨ ਇਫ ਯੂ ਹੋਲਡ ਇਟ ਰਾਈਟ। ਜੇ ਤੁਹਾਨੂੰ ਫੜਨਾ ਆਉਂਦਾ, ਹਰ ਟੂਲ ਆ ਜਿਹੜਾ ਉਹਨੂੰ ਤੁਸੀਂ ਹਥਿਆਰ ਬਣਾ ਸਕਦੇ ਹੋ। ਜੇ ਤੁਹਾਨੂੰ ਉਹਨੂੰ ਨਹੀਂ ਵਰਤਣਾ ਆਉਂਦਾ, ਉਹ ਤੁਹਾਡੇ ਖਿਲਾਫ ਵੀ ਚੱਲ ਸਕਦਾ। ਜਿਹੜਾ ਤੁਸੀਂ ਗੱਲ ਕਰ ਰਹੇ ਸੀ ਧਰਮ, ਤੁਸੀਂ ਕਿਹਾ ਸੈਕੂਲਰਿਜ਼ਮ ਨੇ ਬੇੜਾ ਗਰਕ ਕੀਤਾ ਗਾ ਕੌਮਾਂ ਦਾ, ਇਰਾਨ ਦੀ ਇਸਲਾਮਿਕ ਕੰਟਰੀ ਦੇ ਫੇਲਿਊਰ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਕਿੱਥੇ ਰੱਖ ਕੇ ਦੇਖਦੇ ਹਾਂ? ਇਰਾਨ ਦੇ ਵਿੱਚ ਜਿੰਨੇ ਲੋਕਾਂ ਦੇ ਕਤਲ ਦਾ ਦੋਸ਼ ਇਸਲਾਮਿਕ ਗਵਰਨਮੈਂਟ 'ਤੇ ਲੱਗਦਾ 1979 ਤੋਂ ਲੈ ਕੇ ਅੱਜ ਤੱਕ, ਉਹ ਅਰਾਊਂਡ 20,000। ਅਤੇ ਇੰਡੀਅਨ ਸੈਕੂਲਰਿਜ਼ਮ ਦੇ ਅੰਡਰ ਮੈਨੂੰ ਦੱਸੋ ਵੀ ਕਿੰਨੇ ਬੰਦੇ ਮਾਰੇ ਗਏ ਆ ਹੁਣ ਤੱਕ ਉਸੇ ਸਮੇਂ 'ਚ। ਕਹਿੰਦੇ ਟੈਕਟੀਕਲੀ ਸਮਝੌਤੇ ਕਿਉਂ ਨਹੀਂ ਹੋ ਸਕਦੇ? ਹਰੇਕ ਨਾਲ ਪੰਗੇ ਹੀ ਲੈਣਾ ਗਾ, ਹਰੇਕ ਨਾਲ ਪੰਗੇ ਲਈ ਰੱਖੋ, ਕੌਮ ਦਾ ਵਿਕਾਸ ਨਹੀਂ ਹੁੰਦਾ ਹੈ। ਸਮਝੌਤੇ ਤਾਂ ਗੁਰੂ ਸਾਹਿਬ ਦੇ ਟਾਈਮ ਤੋਂ ਲੈ ਕੇ ਜਿਹੜੇ ਵੀ ਅੱਗੇ ਸਾਡੇ ਜਿੰਨੇ ਵੀ, ਚਾਹੇ ਮਹਾਰਾਜ ਰਣਜੀਤ ਸਿੰਘ ਦਾ ਦੌਰ ਹੈ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਦੌਰ ਹੈ, ਜਿਹੜੇ ਵਕਤੀ ਸਮਝੌਤੇ ਆ ਉੱਥੇ ਵੀ ਹੁੰਦੇ ਰਹੇ ਨੇ। ਬਈ ਅਸੀਂ ਕਿਸੇ ਵੀ ਤਰ੍ਹਾਂ ਦੀ ਟੇਬਲ ਟਾਕ ਤੋਂ ਇਨਕਾਰੀ। ਅੱਛਾ, ਇੱਕ ਗੱਲ ਇਹ ਆਉਂਦੀ, ਜਿਹੜੇ ਤੁਸੀਂ ਬਾਹਰ ਜਿੰਨੇ ਬੈਠੇ ਹੋਗੇ, ਤੁਹਾਨੂੰ ਲਿਖਦੇ ਵੀ ਰਹਿੰਦੇ ਆ ਲੋਕ, ਤੁਹਾਨੂੰ ਖੁਦ ਨੂੰ ਪਤਾ ਹੋਊ ਇਹ ਗੱਲ, ਉਹ ਕਹਿੰਦੇ ਬਾਹਰ ਬਹਿ ਕੇ ਡਿਕਟੇਟ ਕਰੀ ਜਾਂਦੇ ਨੇ, ਇੱਥੋਂ ਵਾਲਿਆਂ ਦੇ ਪੰਗੇ ਪਵਾਈ ਰੱਖਦੇ ਇਹ, ਹੈ ਨਾ, ਇਹ ਤਾਂ ਬਾਹਰ ਸੈਟਲਡ ਨੇ, ਇਹਨਾਂ ਦਾ ਤਾਂ ਕਦੇ ਕੋਈ ਨਾ ਇਕਨੋਮਿਕ ਨੁਕਸਾਨ ਹੋਣਾ, ਨਾ ਫਿਜ਼ੀਕਲ ਨੁਕਸਾਨ ਹੋਣਾ। ਜਦੋਂ ਕਿਸਾਨ ਮੋਰਚਾ ਲੱਗਿਆ ਤੇ ਸਾਰੀ ਦੁਨੀਆ ਭਾਰਤ ਦੇ ਵਿੱਚ ਲੋਕਾਂ ਨੇ ਮਜ਼ਾਰੇ ਕੀਤੇ, ਉਹਨਾਂ ਨੂੰ ਕਿਸੇ ਨੇ ਕਿਹਾ ਵੀ ਬਾਹਰ ਬੈਠੇ ਰੌਲਾ ਪਾਈ ਜਾਂਦੇ, ਇੱਥੇ ਆਓ, ਸੋ ਇਹ ਸਾਡੇ ਵਾਸਤੇ ਕਿਉਂ ਬਈ? ਪਰਸ ਪੰਜਾਬ ਦੀ ਜਥੇਬੰਦੀ ਤੋਂ ਮੁੰਡਾ ਜਦੋਂ ਬਾਹਰੋਂ ਆਇਆ ਅੰਮ੍ਰਿਤਪਾਲ, ਉਹਦੇ 'ਤੇ ਵੀ ਰੌਲਾ ਪਿਆ ਹੈ, ਤਾਂ ਉਦੋਂ ਇਹ ਫਰਜ਼ ਬਣਦਾ ਹੁੰਦਾ ਕਿ ਜਦੋਂ ਜਥੇਬੰਦੀ ਚਲਾਉਣੀ ਹੈ, ਜਦੋਂ ਸਭ ਤੋਂ ਮੇਜਰ ਨੈਰੇਟਿਵ ਡਿਕਟੇਟ ਕਰਨਾ, ਫਿਰ ਉਹ ਹੋ ਸਕਦਾ ਬਾਹਰ ਬਹਿ ਕੇ, ਜਾਂ ਫਿਰ ਉਹ ਇੱਥੇ ਬਹਿ ਕੇ ਇੱਥੇ ਹੋਊਗਾ। ਜਿਵੇਂ ਸਿੱਖ ਫੋਰ ਜਸਟਿਸ ਬਾਰੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਬਾਹਰੋਂ ਬਹਿ ਕੇ ਉਹਨਾਂ ਦੀ, ਮਤਲਬ ਇਹ ਖਾਲਸਾ ਹੀ ਧਿਰਾਂ 'ਚ ਉਹਨਾਂ ਦੀ ਆਲੋਚਨਾ ਹੁੰਦੀ ਹੈ, ਜਿਵੇਂ ਸਿਮਰਜੀਤ ਮਾਨ ਨੇ ਆਲੋਚਨਾ ਕੀਤੀ ਉਹਨਾਂ ਦੀ ਕਿ ਜੀ ਉਹ ਇੱਥੇ ਆ ਕੇ ਕਰਨ, ਫਿਰ ਜੇ ਕਰਨਾ ਗਾ, ਅਸੀਂ ਤਾਂ ਇੱਥੇ ਬੈਠੇ ਹਾਂ ਕਰ ਰਹੇ ਹਾਂ, ਇਹ ਸਿਮਰਜੀਤ ਮਾਨ ਦੇ ਬਿਆਨ ਨੇ। ਕਿ ਜਿਹੜੀ ਮਾਡਰਨ ਟੈਕਨੋਲੋਜੀਕਲ ਸਟੇਟ ਆ ਨਾ, ਉਹਨੂੰ ਹਰਾਉਣਾ ਆ, ਉਹ ਬਹੁਤ ਲੰਮਾ ਪ੍ਰੋਸੈਸ ਆ। ਉਹ ਭਾਵੇਂ ਫਲਸਤੀਨ ਦੀ ਲੜਾਈ ਹੋਵੇ, ਭਾਵੇਂ ਕਸ਼ਮੀਰ ਦੀ ਲੜਾਈ ਹੋਵੇ, ਭਾਵੇਂ ਖਾਲਿਸਤਾਨ ਦੀ ਲੜਾਈ ਹੋਵੇ, ਤੇ ਭਾਵੇਂ ਦੁਨੀਆਂ ਦੇ ਹੋਰ ਖਿੱਤੇ ਦੀ ਲੜਾਈ ਹੋਵੇ, ਜਦੋਂ ਕੌਮ ਲੜਨਾ ਛੱਡ ਦਿੰਦੀ ਆ ਉਦੋਂ ਖਤਮ ਹੁੰਦੀ ਆ, ਜਿੰਨਾ ਚਿਰ ਉਹ ਲੜਦੀ ਰਹਿੰਦੀ ਉਹ ਖਤਮ ਨਹੀਂ ਹੁੰਦੀ। ਪਹਿਲਾਂ ਕਲਚਰਲ ਵੈਲਿਊਜ਼ ਖਤਮ ਕਰੋ, ਫਿਰ ਆਪੀ ਪੋਲਿਟਿਕਸ ਖੜੀ ਹੋ ਜੂ। ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਆ ਜਿਹੜਾ ਇੰਡੀਆ ਦੇ ਵਿੱਚ ਉਹ ਜ਼ਿਆਦਾ ਮਾਡਰਨਾਈਜ਼ ਹੋਇਆ, ਅਤੇ ਉਹਦਾ ਕਾਰਨ ਇਹ ਸੀ ਕਿਉਂਕਿ ਫੋਕਸ ਇੱਥੇ ਸੀਗਾ ਜ਼ਿਆਦਾ, ਅਤੇ ਇੱਥੋਂ ਵੀ ਬਗਾਵਤ ਉੱਠ ਸਕਦੀ ਸੀ ਕੋਈ ਮੀਨਿੰਗਫੁੱਲ। ਜਿਵੇਂ ਮੈਂ ਸਿੱਖਾਂ ਦੇ ਬਹੁਤ ਸਾਰੇ ਵਿਦਵਾਨ ਲਗਾਤਾਰ ਮਿਲਦੀ ਰਹਿੰਦੇ ਨੇ, ਸਾਰੇ ਤਰ੍ਹਾਂ ਦੇ ਲੋਕ, ਸਾਰੇ ਨਾ ਖਾਲਿਸਤਾਨੀ ਨੇ ਅਤੇ ਨਾ ਹੀ ਸਾਰੇ ਮਾਡਰਨ ਨੇ, ਹੈ ਨਾ, ਜਿਹੜੇ ਮਾਡਰਨ ਨੇ ਕੁਛ ਕਹਿੰਦੇ ਆ ਕਿ ਸਿੱਖ ਤੇ ਜਰ ਜਾਂਦੀ ਸੈਕੂਲਰ ਨੇ। ਭਾਈ ਬਲਦੀਪ ਸਿੰਘ ਇੱਕ ਟਰਮ ਵਰਤਦੇ ਨੇ, ਕਲੋਨੀਅਲ ਸਿੱਖ, ਦਮਦਮੀ ਟਕਸਾਲ, ਉੱਥੇ ਜਿੱਥੇ ਬੰਦੇ ਦਾ ਮਨ, ਉਹਦੀ ਪਰਸਨੈਲਿਟੀ ਘੜੀ ਜਾਂਦੀ ਹੈ। ਜਿਹੜਾ ਸੰਘਰਸ਼ 1984 ਤੋਂ ਲੜਿਆ ਗਿਆ, ਉਹ ਧਿਰ ਜਿਹੜੀ ਲੜ ਰਹੀ ਸੀ ਉਹ ਥੋੜ੍ਹੀ ਕੋਲੋਨਾਈਜ਼ ਸਿੱਖ ਨੂੰ ਰੈਪ੍ਰਜੈਂਟ ਕਰਦੀ ਸੀ, ਕੋਲੋਨਾਈਜ਼ ਸਿੱਖੀ ਨੂੰ ਤਾਂ ਉਹ ਧਿਰ ਰੈਪ੍ਰਜੈਂਟ ਕਰਦੀ ਸੀ ਜਿਹੜੀ ਸਟੇਟ ਨਾਲ ਖੜੀ ਸੀ। ਪ੍ਰੋ ਪੰਜਾਬ ਟੀਵੀ ਦੇ ਪ੍ਰੋਗਰਾਮ ਆਈਡੋਲੋਗ 'ਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਪ੍ਰਭਸ਼ਰਨ ਬੀਰ ਸਿੰਘ ਹੋਣਗੇ। ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ? ਪੰਜਾਬ ਦੀ ਰਾਜਨੀਤੀ ਦੇ ਬਹੁਤ ਸਾਰੇ ਫੇਜ਼ ਨੇ, ਕੀ ਅਗਲਾ
फेज आ जिहड़ा उह पंथक कंसोलीडेशन दा है कि पंजाब 'च पंथक कंसोलीडेशन होएगी। आम आदमी पार्टी की वड्डी जित हुई है। पंजाब की राजनीति किवें किवें बदलती रही है ते पंजाब की राजनीति सिर्फ मेन स्ट्रीम राजनीति नहीं है, यानी चोणां वाली राजनीति, चोणां तों बाहर की राजनीति पंजाब नूं ज़्यादा प्रभावित करती रही है, क्योंकि पंजाब 'च बहुत सारियां लहरां रहियां ने। पंजाब 'च गुरद्वारा लहर तो लैके नक्सलवाड़ी लहर, खालिस्तान लहर, बहुत सारियां लहरां रहियां जिहड़ियां सत्ता नूं बुरी तरह प्रभावित करदे रहियां जां स्टेट नूं बुरी तरह प्रभावित करदे रहियां। प्रभ शरणबीर दे नाल गलबात करदे आं कि उह पंजाब नूं किवें देखदे ने। स्वागत है बई जी, वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾ ਸਵਾਲ ਮੇਰਾ ਇਹ, ਤੁਸੀਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਅੱਜ ਕੱਲ੍ਹ PhD ਕੀਤੀ ਹੈ, ਤੁਸੀਂ ਉੱਥੇ ਤੁਸੀਂ ਪੜ੍ਹਾਉਣੇ ਵੀ ਹੋਗੇ, ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿਵੇਂ ਦੇਖ ਰਹੇ ਹੋ ਪੰਜਾਬ ਦੀ ਰਾਜਨੀਤੀ ਨੂੰ ਬਦਲਦੀ ਨੂੰ, ਪੰਜਾਬ ਦੀ ਰਾਜਨੀਤੀ ਦਾ ਰਿਸ਼ਤਾ ਪੰਜਾਬ ਦੇ ਸੱਭਿਆਚਾਰ ਨਾਲ, ਪੰਜਾਬ ਨਾਲ, ਪੰਜਾਬੀ ਸਮਾਜ ਨਾਲ, ਸਿੱਖ ਸਿਆਸਤ ਦੇ ਨਾਲ ਕੀ ਹੈਗਾ? ਦੇਖੋ ਜੀ, ਪੰਜਾਬ ਦੀ ਰਾਜਨੀਤੀ ਜਿਹੜੀ ਆ ਉਹਦੇ ਵਿੱਚ ਕਦੇ ਵੀ ਚੋਣਾਂ ਦੇ ਨਤੀਜਿਆਂ ਨੂੰ ਲੋੜ ਤੋਂ ਵੱਧ ਅਹਿਮੀਅਤ ਨਹੀਂ ਦੇਣੀ ਚਾਹੀਦੀ। ਅਹਿਮੀਅਤ ਦੇਣੀ ਚਾਹੀਦੀ ਹੈ ਪਰ ਜ਼ਿਆਦਾ ਨਹੀਂ ਦੇਣੀ ਚਾਹੀਦੀ। ਪੰਜਾਬ ਦੇ ਵਿੱਚ ਅੰਡਰ ਕਰੰਟਸ ਦੇ ਵਿੱਚ ਬਹੁਤ ਵੱਡੀ ਹਲਚਲ ਹੋ ਰਹੀ ਹੈ ਅਤੇ ਉਹ ਅੱਜ ਨਹੀਂ ਸ਼ੁਰੂ ਹੋਈ, ਉਹ ਪਿਛਲੇ 10-12 ਸਾਲ ਤੋਂ ਸ਼ੁਰੂ ਹੋਈ ਹੋਈ ਹੈ ਅਤੇ ਉਸ ਹਲਚਲ ਦੇ ਵਿੱਚ ਜਿਹੜਾ ਇੱਕ ਫੰਡਾਮੈਂਟਲ ਐਂਟੈਗੋਨਿਜ਼ਮ ਕੰਮ ਕਰ ਰਿਹਾ, ਉਹ ਐਂਟੈਗੋਨਿਜ਼ਮ ਹੈਗਾ ਪੰਜਾਬ ਵਰਸਸ ਦਿੱਲੀ। ਤੇ ਪੰਜਾਬ ਵਰਸਸ ਦਿੱਲੀ ਕਿਉਂ ਆ? ਕਿਉਂਕਿ ਪੰਜਾਬ ਦੇ ਵਿੱਚ ਸਿੱਖੀ ਦੇ ਰੂਪ ਦੇ ਵਿੱਚ ਇੱਕ ਇਹੋ ਜੀ ਵਿਚਾਰਧਾਰਾ, ਵੇ ਆਫ ਲਾਈਫ ਮੌਜੂਦ ਹੈ ਜਿਹਦੇ ਤੋਂ ਸਥਾਪਤੀ ਨੂੰ ਹਮੇਸ਼ਾ ਖਤਰਾ ਰਹਿੰਦਾ। 1849 ਦੇ ਵਿੱਚ ਜਦੋਂ ਪੰਜਾਬ ਦੇ ਉੱਤੇ ਬ੍ਰਿਟਿਸ਼ ਐਮਪਾਇਰ ਦਾ ਕਬਜ਼ਾ ਹੋਇਆ ਉਦੋਂ ਲਾਰਡ ਡਲਹੌਜ਼ੀ ਲਿਖਦਾ ਕਿ ਸਾਡਾ ਨਿਸ਼ਾਨਾ ਇੱਥੋਂ ਖਾਲਸੇ ਦੀ ਸੋਵਰਨ ਹੋਂਦ ਨੂੰ ਖਤਮ ਕਰਨਾ। ਇਹ ਸਟੇਟਮੈਂਟ ਅੰਗਰੇਜ਼ਾਂ ਦੇ ਕਿਸੇ ਵੀ ਆਫਿਸਰ ਨੇ, ਕਿਸੇ ਵੀ ਅਧਿਕਾਰੀ ਨੇ ਦੱਖਣੀ ਏਸ਼ੀਆ ਦੇ ਕਿਸੇ ਵੀ ਖਿੱਤੇ ਪਰ ਰਹਿਣ ਦਿੱਤੀ। ਉਹਨਾਂ ਨੇ ਇਹ ਕਦੇ ਨਹੀਂ ਕਿਹਾ ਕਿ ਅਸੀਂ ਮੁਸਲਮਾਨਾਂ ਦੀ ਸੋਵਰਨ ਹੋਂਦ ਨੂੰ ਖਤਮ ਕਰਨਾ, ਅਸੀਂ ਹਿੰਦੂਆਂ ਦੀ ਸੋਵਰਨ ਹੋਂਦ ਨੂੰ ਖਤਮ ਕਰਨਾ, ਪਰ ਲਾਰਡ ਡਲਹੌਜ਼ੀ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਸੀਂ ਖਾਲਸਾ ਪੰਥ ਦੀ ਸੋਵਰਨ ਪੋਲੀਟੀਕਲ ਐਗਜ਼ਿਸਟੈਂਸ ਨੂੰ ਖਤਮ ਕਰਨਾ ਹੈ। ਤੇ ਨਾਲ ਉਹ ਲਿਖਦਾ ਕਿ ਜਿੰਨਾ ਚਿਰ ਇਹ ਖਤਮ ਨਹੀਂ ਹੋ ਜਾਂਦੀ ਉਨਾ ਚਿਰ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਨਹੀਂ ਹੋ ਸਕਦੀ। ਸਥਾਪਤੀ ਹੈ ਜਿਹੜੀ, ਭਾਵੇਂ ਉਹ ਮੁਗਲ ਹੋਵੇ, ਭਾਵੇਂ ਬ੍ਰਿਟਿਸ਼ ਹੋਵੇ ਤੇ ਭਾਵੇਂ ਅੱਜ ਦੀ ਹਿੰਦੁਸਤਾਨੀ ਸਰਕਾਰ ਹੋਵੇ, ਉਹਨੂੰ ਪੰਜਾਬ ਤੋਂ ਖਤਰਾ ਲੱਗਦਾ। ਪਰ ਖਤਰਾ ਅਸਲ ਦੇ ਵਿੱਚ ਪੰਜਾਬ ਤੋਂ ਨਹੀਂ, ਉਹ ਪੰਜਾਬ ਵਿਚਲੀ ਸਿੱਖੀ ਤੋਂ ਆ, ਖਾਲਸਾ ਪੰਥ ਤੋਂ ਆ ਖਤਰਾ। ਤੇ ਇਹੀ ਫਿਰ ਕਿਉਂ ਆਗਾ ਕਿ ਪਿਛਲੇ ਦੌਰ ਦੇ ਅੰਦਰ ਪੰਜਾਬ 'ਚ ਪਿਛਲੇ ਸਾਲਾਂ ਦੀ ਗੱਲ ਕਰੀਏ ਆਪਾਂ, ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ, ਉਹਨਾਂ ਨੂੰ ਵੀ ਇੱਕ ਸਿੱਖ ਧਿਰ ਦੇ ਤੌਰ 'ਤੇ ਕੋਈ ਤਾਂ ਕਹਿ ਨਹੀਂ ਸਕਦਾ ਕਿ ਉਹ ਸਿੱਖ ਨਹੀਂ ਆ, ਉਹਨਾਂ ਦਾ ਵੀ ਸਿੱਖੀ ਦੇ ਉੱਤੇ ਉਨਾ ਹੀ ਵੱਡਾ ਕਲੇਮ ਹੈ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਂਭਦੇ ਨੇ। ਜੇ ਮੈਂ ਫਿਰ ਦੂਜੇ ਪਾਸੇ ਚੱਲ ਲੈਂਦਾ, ਜਿਹੜੇ ਅਲਟਰਨੇਟਿਵ ਸਪੇਸ 'ਚ ਲੋਕ ਬੈਠੇ ਸੀ ਸਿੱਖਾਂ ਦੀਆਂ ਧਿਰਾਂ, ਉਹ ਪੰਜਾਬ 'ਚ ਕੁਛ ਪੈਦਾ ਕਿਉਂ ਨਹੀਂ ਕਰ ਸਕੀਆਂ? ਉਹਨਾਂ ਦਾ ਫੇਲਿਓਰ ਕਿੱਥੇ? ਉਹਨਾਂ ਦਾ ਫੇਲਿਓਰ ਹੈ ਜਾਂ ਸਾਰੇ ਫੇਲਿਓਰ ਤੁਸੀਂ ਸਟੇਟ ਦੇ ਫੇਲਿਓਰ ਕਹਿ ਦਈਏ ਜਾਂ ਸਾਰੀਆਂ ਨਗੋਚਾਂ ਜਿਹੜੀਆਂ ਕਹਿ ਸਕਦੇ ਹੋ ਕਿ ਸਟੇਟ ਹੀ ਇਹ ਕਰਦੀ ਹੈ, ਫਿਰ ਉਹ ਰਾਜਨੀਤੀ ਕਰਨ ਵਾਲੀਆਂ ਧਿਰਾਂ ਦਾ ਮੀਨਿੰਗ ਕੀ ਹੈ ਪੰਜਾਬ ਲਈ? ਦੇਖੋ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਧਿਰਾਂ ਦੇ ਵਿੱਚ ਗਿਣਨਾ, ਇਹ ਮੈਂ ਸਮਝਦਾ ਕਿ ਥੋੜ੍ਹੀ ਜਿਹੀ ਜ਼ਿਆਦਤੀ ਹੈ, ਕਿਉਂਕਿ 1984 ਤੋਂ ਬਾਅਦ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਜਦੋਂ, ਉਹਦੇ ਤੋਂ ਬਾਅਦ ਇੱਕ ਲੀਕ ਖਿੱਚੀ ਗਈ। ਸੋ ਅੱਧੇ ਬੰਦੇ ਆ ਜਿਹੜੇ ਡਰਦੇ ਸੀਗੇ ਉਹ ਲੀਕ ਦੇ ਦੂਜੇ ਪਾਸੇ ਚਲੇ ਗਏ, ਸਰਕਾਰ ਵਾਲੇ ਪਾਸੇ ਖੜ੍ਹ ਗਏ ਅਤੇ ਸਰਕਾਰ ਲਈ ਕੰਮ ਕਰਨ ਲੱਗ ਗਏ, ਅਤੇ ਕੁਛ ਬੰਦੇ ਆ ਜਿਹੜੇ ਉਹ ਲੀਕ ਦੇ ਦੂਜੇ ਪਾਸੇ ਆ ਗਏ ਅਤੇ ਉਹਨਾਂ ਨੇ ਸਰਕਾਰ ਤੋਂ ਬਗਾਵਤ ਕੀਤੀ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਧਿਰਾਂ ਦੇ ਵਿੱਚ ਗਿਣਿਆ ਜਾ ਸਕਦਾ, ਨਹੀਂ ਗਿਣਿਆ ਜਾ ਸਕਦਾ। ਦੂਜਾ ਸਵਾਲ ਜਿਹੜਾ ਤੁਸੀਂ ਪੁੱਛਿਆ ਉਹ ਬਹੁਤ ਹੀ ਅਹਿਮ ਹੈ, ਉਹਦਾ ਜਵਾਬ ਇਹ ਹੈ ਕਿ ਜਿਹੜੀ ਮਾਡਰਨ ਟੈਕਨੋਲੋਜੀਕਲ ਸਟੇਟ ਹੈ ਨਾ, ਉਹਨੂੰ ਹਰਾਉਣਾ ਵਾ ਉਹ ਬਹੁਤ ਲੰਮਾ ਪ੍ਰੋਸੈਸ ਹੈ। ਉਹ ਭਾਵੇਂ ਫਲਸਤੀਨ ਦੀ ਲੜਾਈ ਹੋਵੇ, ਭਾਵੇਂ ਕਸ਼ਮੀਰ ਦੀ ਲੜਾਈ ਹੋਵੇ, ਭਾਵੇਂ ਖਾਲਿਸਤਾਨ ਦੀ ਲੜਾਈ ਹੋਵੇ ਅਤੇ ਭਾਵੇਂ ਦੁਨੀਆਂ ਦੇ ਹੋਰ ਖਿੱਤੇ ਦੀ ਲੜਾਈ ਹੋਵੇ। ਇੰਡੀਆ ਤਾਂ ਇੱਕ ਬਹੁਤ ਵੱਡੀ ਨੇਸ਼ਨ ਸਟੇਟ ਹੈ, ਬਹੁਤ ਵੱਡੀ ਫੌਜੀ ਤਾਕਤ ਹੈ, ਸ੍ਰੀਲੰਕਾ ਤਾਂ ਐਡੀ ਵੱਡੀ ਤਾਕਤ ਨਹੀਂ ਸੀ, ਤੇ ਜਿਹੜੀ ਲਿਟੇ ਦੀ ਫੌਜੀ ਪਾਵਰ ਸੀ ਉਹ ਦੁਨੀਆਂ ਦੀ ਕਿਸੇ ਵੀ ਹੋਰ ਇੰਸਰਜੈਂਸੀ ਤੋਂ ਵੱਡੀ ਫੌਜੀ ਪਾਵਰ ਸੀ। ਆਪਦੇ ਉਹਨਾਂ ਕੋਲ ਫੌਜੀ ਪਲੇਨ ਵੀ ਸੀਗੇ, ਜਹਾਜ਼ ਵੀ ਸੀਗੇ। ਸੋ ਉਹਦੇ ਬਾਵਜੂਦ ਵੀ ਉਹ ਹਾਰ ਗਏ। ਕਾਰਨ ਇਹ ਹੈ ਕਿ ਜਿਹੜੀ ਮਾਡਰਨ ਟੈਕਨੋਲੋਜੀਕਲ ਸਟੇਟ ਹੈ ਉਹਦੇ ਕੋਲ ਪਾਵਰ ਇੰਨੀ ਹੈ, ਪ੍ਰੋਪੇਗੰਡਾ ਦੇ ਸਾਧਨ ਉਹਦੇ ਕੋਲ ਇੰਨੇ ਹੈ, ਜਿਹੜੀ ਮਾਸ ਜਿਹੜੀ
ਪਾਪੂਲਰ ਸਾਈਕੀ ਆ ਉਹਨੂੰ ਕੈਪਚਰ ਕਰਨ ਦੇ ਸਾਧਨ ਉਹਦੇ ਕੋਲ ਇੰਨੇ ਆ ਕਿ ਉਹਨੂੰ ਹਰਾਉਣਾ ਜਿਹੜਾ ਉਹ ਇੰਨਾ ਸੌਖਾ ਨਹੀਂ ਗਾ, ਪਰ ਉਹਨੂੰ ਹਰਾਉਣਾ ਇੰਪੋਸੀਬਲ ਵੀ ਨਹੀਂ ਗਾ। ਸੋ ਇਨ ਦੀ ਲੌਂਗ ਰਨ ਉਹ ਸਟੇਟ ਨੇ ਵੀ ਡਿੱਗਣਾ ਹੀ ਡਿੱਗਣਾ, ਜਿਹੜੀ ਟੈਕਨੋਲੋਜੀ ਦੀ ਤਾਕਤ ਤੇ ਖੜੀ ਸਟੇਟ ਹੈ ਇਹਨੇ ਵੀ ਇੱਕ ਦਿਨ ਫਨਾ ਹੋਣਾ। ਗੱਲ ਤਾਂ ਇਹ ਹੁੰਦੀ ਹੈ ਕਿ ਸੰਘਰਸ਼ ਆ ਜਿਹੜਾ ਉਹ ਜਾਰੀ ਰਵੇ ਤੇ ਕਈ ਵਾਰੀ ਸਦੀਆਂ ਵੀ ਲੱਗ ਜਾਂਦੀਆਂ ਤੇ ਬਾਕੀ ਕੌਮਾਂ ਜਿਹੜੀਆਂ ਲੜ ਰਹੀਆਂ ਬਹੁਤ ਲੰਮੇ ਸਮੇਂ ਤੋਂ ਲੜ ਰਹੀਆਂ ਜਿਵੇਂ ਫਲਸਤੀਨੀ ਹੋ ਗਏ ਉਹ ਵੀ ਕਿਤੇ ਜਿੱਤ ਦੇ ਨੇੜੇ ਨਹੀਂ ਗਏ ਬਹੁਤਾ। ਸੋ ਸਾਨੂੰ ਇਹ ਵੀ ਸਮਝਣਾ ਚਾਹੀਦਾ। ਮੈਂ ਇਹ ਸਮਝਣਾ ਚਾਹੁੰਦਾ ਪ੍ਰਫੈਸਰ ਵੀਰ, ਤੁਸੀਂ ਤੇ ਪੜ੍ਹਦੇ ਲਿਖਦੇ ਹੋ ਸਾਰੀ ਦੁਨੀਆ ਨੂੰ, ਮੈਂ ਤੁਹਾਡੇ ਤੇ ਸਮਝਣਾ ਚਾਹੁੰਦਾ ਕਿ ਇਹ ਫੇਲਿਊਅਰ ਤੁਸੀਂ ਉਹਨਾਂ ਧਿਰਾਂ ਦਾ ਵੀ ਮੰਨੋਗੇ, ਯਾਨੀ ਉਹਨਾਂ ਦੀਆਂ ਪ੍ਰਿੰਸੀਪਲ ਗਲਤੀਆਂ ਵੀ ਨੇ, ਉਹਨਾਂ ਦੀਆਂ ਟੈਕਟੀਕਲ ਗਲਤੀਆਂ ਵੀ ਨੇ, ਉਹਨਾਂ ਦੀਆਂ ਸਟ੍ਰੈਟਜੀਕਲ ਗਲਤੀਆਂ ਵੀ ਨੇ, ਉਹਨਾਂ ਦੀਆਂ ਜਿਹੜੀ ਇੰਟਰਨਲ ਪੋਲੀਟਿਕਸ ਆ ਉਹ ਬੜੀ ਖਤਰਨਾਕ ਰੂਪ ਧਾਰ ਜਾਂਦੀ ਹੈ ਅਸੀਂ ਦੇਖਦੇ ਹਾਂਗੇ। ਨਹੀਂ ਦੇਖੋ, ਜਿਹੜੀਆਂ ਕਿਸੇ ਵੀ ਸੰਘਰਸ਼ ਦੇ ਵਿੱਚ ਕੁਛ ਹੱਦ ਤੱਕ ਗਲਤੀਆਂ ਲੜ ਰਹੀ ਧਿਰ ਵੱਲੋਂ ਹੁੰਦੀਆਂ ਹੀ ਹੁੰਦੀਆਂ, ਉਹਨਾਂ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਪਰ ਮੂਲ ਰੂਪ ਦੇ ਵਿੱਚ ਉਹਨਾਂ ਧਿਰਾਂ ਦੇ ਨਾ ਜਿੱਤਣ ਦਾ ਕਾਰਨ ਉਹ ਗਲਤੀਆਂ ਨੇਗੀਆਂ। ਮੂਲ ਰੂਪ ਦੇ ਵਿੱਚ ਉਹਨਾਂ ਦੇ ਨਾ ਜਿੱਤਣ ਦਾ ਕਾਰਨ ਹੈ ਕਿ ਪਾਵਰ ਦਾ ਬਹੁਤ ਵੱਡਾ ਇਮਬੈਲੈਂਸ ਆ। ਜਿਹੜੀ ਮਾਡਰਨ ਸਟੇਟ ਆ ਉਹਦੀ ਪਾਵਰ ਹੀ ਬਹੁਤ ਜ਼ਿਆਦਾ, ਇਹਨੂੰ ਵੀ ਵੱਡੀ ਜਿੱਤ ਸਮਝਣਾ ਚਾਹੀਦਾ ਕਿ ਬਹੁਤ ਸਾਰੀਆਂ ਧਿਰਾਂ ਇਹੋ ਜਿਹੀ ਟੈਕਨੋਲੋਜੀਕਲ ਪਾਵਰ ਨੂੰ ਕਿੰਨੇ ਦਹਾਕਿਆਂ ਤੋਂ ਟੱਕਰ ਦਿੰਦੀਆਂ ਆ ਰਹੀਆਂ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿੱਤ ਆ। ਸੋ ਇਹ ਨਹੀਂ ਦੇਖਣਾ ਚਾਹੀਦਾ, ਜਿਹੜੇ ਐਮਪਾਇਰ ਆ ਜਦੋਂ ਉਹ ਸਥਾਪਿਤ ਹੋ ਜਾਂਦੇ ਆ ਕਈ ਵਾਰੀ ਉਹ ਸਦੀਆਂ ਤੱਕ ਨਹੀਂ ਢਹਿੰਦੇ। ਹਿਸਟਰੀ ਤੇ, ਵਰਲਡ ਹਿਸਟਰੀ ਤੇ ਇੱਕ ਨਿਗਾਹ ਮਾਰੋ, ਭਾਵੇਂ ਉੱਪਰੀ ਨਿਗਾਹ ਮਾਰ ਲਓ, ਤੁਹਾਨੂੰ ਪਤਾ ਲੱਗੂਗਾ ਵੀ ਐਮਪਾਇਰ ਆ ਜਿਹੜੇ ਉਹ ਕਈ ਕਈ ਸਦੀਆਂ ਚੱਲਦੇ ਆ ਪਰ ਅੰਤ ਨੂੰ ਡਿੱਗ ਪੈਂਦੇ ਆ। ਸੋ ਜਿਹੜੀ ਲੜ ਰਹੀ ਕੌਮ ਹੈ ਉਹਨੇ ਆਪਦੀ ਐਗਜ਼ਿਸਟੈਂਸ ਆ ਜਿਹੜੀ ਉਹਨੂੰ ਬਚਾਈ ਰੱਖਣ ਵਾਸਤੇ ਲੜਨਾ ਹੁੰਦਾ। ਜਦੋਂ ਕੌਮ ਲੜਨਾ ਛੱਡ ਦਿੰਦੀ ਆ ਉਦੋਂ ਖਤਮ ਹੁੰਦੀ ਆ, ਜਿੰਨਾ ਚਿਰ ਉਹ ਲੜਦੀ ਰਹਿੰਦੀ ਉਹ ਖਤਮ ਨਹੀਂ ਹੁੰਦੀ। ਸੋ ਇਹ ਗੱਲ ਤਾਂ ਮੰਨੀ ਗਈ ਆ। ਹੁਣ ਜਿਹੜਾ ਇਹ ਆਪਣਾ ਇੱਕ ਜੇ ਮੈਂ ਤੁਹਾਡੇ ਕੋਲ ਚੱਲ ਥੋੜ੍ਹਾ ਜਿਹਾ, ਬਾਈਡਨ ਨੇ ਪਿਛਲੇ ਦਿਨਾਂ ਦੇ ਅੰਦਰ ਜਿਹੜੇ ਜਿਹੜੀਆਂ ਸ਼ੋਅ ਟਿਕਟੋਕ ਦੇ 40 ਸਟਾਰ ਦੇ ਨਾਲ ਗੱਲਬਾਤ ਕੀਤੀ, ਟਿਕਟੋਕ ਦੇ ਜਿਹੜੇ 40 ਸਟਾਰ ਨੇ ਕਿ ਯੂਕਰੇਨ ਦੇ ਖਿਲਾਫ਼ ਤੁਸੀਂ ਮਾਹੌਲ ਕਿਵੇਂ ਬਣਾਉਣਾ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਜਿਹੜੇ ਨਵੇਂ ਮੀਡੀਅਮ ਆ ਗਏ, ਯਾਨੀ ਪੋਲੀਟਿਕਸ ਨੂੰ ਜਿਵੇਂ ਇੱਕ ਓਲਡ ਸਕੂਲ ਦੇ ਨਾਲ ਸਮਝਿਆ ਜਾਂਦਾ ਸੀ, ਓਲਡ ਸਕੂਲ ਥੋਟ ਸੀਗਾ ਇੱਕ ਪੋਲੀਟਿਕਸ ਨੂੰ ਸਮਝਣ ਦਾ, ਤੁਹਾਨੂੰ ਕੀ ਲੱਗਦਾ? ਕਿਉਂਕਿ ਤੁਸੀਂ ਫੇਸਬੁੱਕ 'ਤੇ ਵੀ ਲਗਾਤਾਰ ਲਿਖਦੇ ਹੋ, ਤੁਹਾਨੂੰ ਕੀ ਲੱਗਦਾ ਹੁਣ ਇਹ ਜਿਹੜੀਆਂ ਇਹ ਚੀਜ਼ਾਂ ਨੇ, ਜਿਹੜੇ ਛੋਟੀਆਂ ਛੋਟੀਆਂ ਨੁਆਇਸਿਸ ਨੇ, ਇਹ ਡਰਾਈਵ ਕਰਨ ਲੱਗ ਗਈਆਂ ਰਾਜਨੀਤੀ ਨੂੰ? ਜਿਵੇਂ ਸੋਸ਼ਲ ਮੀਡੀਆ ਦਾ ਪ੍ਰਭਾਵ ਪੰਜਾਬ 'ਚ ਵੀ ਦੇਖਿਆ ਗਿਆ ਕਿ ਕਲਚਰਲ ਜਿਹੜੀਆਂ ਚੀਜ਼ਾਂ ਨੇ, ਕਲਚਰ ਰਾਜਨੀਤੀ ਨੂੰ ਡਰਾਈਵ ਕਰਨ ਲੱਗ ਗਿਆ, ਕੋਈ ਕਲਚਰ 'ਚ ਬਹੁਤ ਸਾਰਾ ਕੁਛ ਆ ਉਹਦੇ 'ਚ, ਸੋਸ਼ਲ ਮੀਡੀਆ ਉਹ ਸਾਰਾ ਕੁਛ ਹੀ ਹੈਗਾ ਜਿੰਨਾ ਉਹ ਚੀਜ਼ਾਂ ਆ ਰਹੀਆਂ ਨੇ। ਇਹ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ, ਮਤਲਬ ਜਿਵੇਂ ਆਪਾਂ ਇਸ ਟਾਈਮ ਦੁਨੀਆ ਦੇ ਅੰਦਰ, ਕਿਉਂਕਿ ਇੱਕ ਪਾਸੇ ਯੂਕਰੇਨ, ਰਸ਼ੀਆ ਅਤੇ ਅਮੈਰੀਕਾ, ਔਰ ਅਮੈਰੀਕਾ ਦੇ ਰਾਸ਼ਟਰਪਤੀ ਬਾਈਡਨ ਦਾ ਮਤਲਬ 40 ਇਨਫਲੂਐਂਸਰ ਨੇ ਜਿਹੜੇ ਟਿਕਟੋਕ ਦੇ, ਉਹਨਾਂ ਨਾਲ ਗੱਲ ਕਰਨਾ? ਦੇਖੋ, ਜਿਹੜਾ ਸੋਸ਼ਲ ਮੀਡੀਆ ਅਤੇ ਟੈਕਨੋਲੋਜੀ ਬਾਰੇ ਮੇਰੀ ਇੱਕ ਬਹੁਤ ਸਪਸ਼ਟ ਲਾਈਨ ਹੈ ਉਹ ਇਹ ਹੈ, ਐਵਰੀ ਟੂਲ ਇਜ਼ ਅ ਵੈਪਨ ਇਫ ਯੂ ਹੋਲਡ ਇਟ ਰਾਈਟ। ਜੇ ਤੁਹਾਨੂੰ ਫੜਨਾ ਆਉਂਦਾ, ਹਰ ਟੂਲ ਆ ਜਿਹੜਾ ਉਹਨੂੰ ਤੁਸੀਂ ਹਥਿਆਰ ਬਣਾ ਸਕਦੇ ਹੋ, ਜੇ ਤੁਹਾਨੂੰ ਉਹਨੂੰ ਨਹੀਂ ਵਰਤਣਾ ਆਉਂਦਾ ਉਹ ਤੁਹਾਡੇ ਖਿਲਾਫ਼ ਵੀ ਚੱਲ ਸਕਦਾ। ਸੋ ਲੜ ਰਹੀ ਧਿਰ ਨੂੰ ਇਹ ਸਮਝਣਾ ਪੈਣਾ ਕਿ ਸੋਸ਼ਲ ਮੀਡੀਆ ਆਪਣੇ ਆਪ ਦੇ ਵਿੱਚ ਚੰਗਾ ਜਾਂ ਮਾੜਾ ਨਹੀਂ ਗਾ, ਸਾਡੀ ਉਹਨੂੰ ਵਰਤਣ ਦੀ ਮੁਹਾਰਤ ਕਿੰਨੀ ਕੁ ਹੈ, ਅਸੀਂ ਉਹਨੂੰ ਕਿਹੜੇ ਢੰਗ ਨਾਲ ਵਰਤਦੇ ਹਾਂ, ਇਹਦੇ 'ਤੇ ਡਿਪੈਂਡ ਕਰਦਾ। ਬਾਕੀ ਜਿਹੜੀ ਸੋਸ਼ਲ ਮੀਡੀਆ ਦਾ ਜਿਹੜਾ ਓਵਰਆਲ ਜਿਹੜਾ ਉਹਦਾ ਸਟਰਕਚਰ ਆ, ਜਿਹੜੀ ਉਹਦੀ ਨੇਚਰ ਆ ਨਾ, ਉਹ ਜ਼ਿਆਦਾਤਰ ਪ੍ਰੋਸਟੇਟ ਹੀ ਭੁਗਤਦੀ ਹੈ, ਕਿਉਂਕਿ ਓਡੇ ਵੱਡੇ ਪੱਧਰ 'ਤੇ ਜਿਵੇਂ ਹੁਣ ਬੀਜੇਪੀ ਦਾ ਆਈਟੀ ਸੈੱਲ ਆ, ਉਹਦੇ ਮੁਕਾਬਲੇ 'ਤੇ ਕੋਈ ਲੜ ਰਹੀ ਧਿਰ ਥੋੜ੍ਹੀ ਉਹਦਾ ਮੁਕਾਬਲਾ ਕਰ ਸਕਦੀ ਹੈ, ਉਹਨੇ ਉਹਦੇ ਤੋਂ ਘੱਟ ਹੀ ਰਹਿਣਾ। ਇਹ ਗੱਲ ਸਾਰੀ ਦੀ ਸਾਰੀ ਟੈਕਨੋਲੋਜੀ ਤੇ ਲਾਗੂ ਹੁੰਦੀ ਹੈ, ਭਾਵੇਂ ਉਹ ਫੌਜੀ ਟੈਕਨੋਲੋਜੀ ਹੋਵੇ, ਐਟਮ ਬੰਬ। ਜਿਹੜੀ ਮੈਂ ਦੂਜੀ ਚੀਜ਼ ਕਹਿ ਰਿਹਾ, ਕਿਉਂਕਿ ਇਹ 'ਚ ਛੋਟੀਆਂ ਛੋਟੀਆਂ ਚੀਜ਼ਾਂ ਨੇ, ਮੈਂ ਕਹਿ ਰਿਹਾ ਕਿ ਕਲਚਰ ਪੋਲੀਟਿਕਸ ਨੂੰ ਡਰਾਈਵ ਕਰਨ ਲੱਗ ਗਿਆ, ਜਿਹੜੀ ਤੁਹਾਡਾ ਇੱਕ ਥੋਟ ਵੀ ਹੈਗਾ। ਹਾਂਜੀ, ਮੈਂ ਇਹ ਬਹੁਤ ਜ਼ੋਰ ਨਾਲ ਮੰਨਦਾ ਕਿ ਅੱਜ ਕੱਲ੍ਹ ਪੋਲੀਟਿਕਸ ਕਲਚਰ ਨੂੰ ਡਰਾਈਵ ਨਹੀਂ ਕਰਦੀ, ਕਲਚਰ ਪੋਲੀਟਿਕਸ ਨੂੰ ਡਰਾਈਵ ਕਰਦਾ। ਜਦੋਂ ਕਲਚਰਲ ਚੇਂਜ ਆ ਜਾਂਦੀ ਹੈ ਉਦੋਂ ਪੋਲੀਟਿਕਸ ਕਿਸੇ ਖਿੱਤੇ ਦੀ ਆਪਣੇ ਆਪ ਬਦਲ ਜਾਂਦੀ ਹੈ। ਪੰਜਾਬ ਇੱਕ ਇਹਦੀ ਬਹੁਤ ਵੱਡੀ ਉਦਾਹਰਣ ਹੈ। ਪੰਜਾਬ ਦੇ ਵਿੱਚ ਕੀ ਹੋਇਆ ਕਿ ਪਿਛਲੇ ਕਈ ਦਹਾਕਿਆਂ ਤੋਂ ਦੋ ਧਿਰਾਂ ਦਾ ਇੱਥੇ ਪੰਜਾਬ ਦੀ ਸੁਸਾਇਟੀ ਨੂੰ ਸੈਕੂਲਰਾਈਜ਼ ਕਰਨ 'ਤੇ ਜ਼ੋਰ ਲੱਗਿਆ ਹੋਇਆ ਸੀਗਾ। ਇੱਕ ਧਿਰ ਸੀਗੀ ਸਟੇਟ ਅਤੇ ਦੂਜੀ ਧਿਰ ਸੀ ਪੰਜਾਬ ਦੇ ਖੱਬੇ ਪੱਖੀ, ਜਿਹੜੇ ਕਿ ਸਟੇਟ ਨਾਲ ਮਿਲ ਕੇ ਚੱਲਦੇ ਰਹੇ ਆ। ਕੋਈ ਇੱਕ ਅੱਧਾ ਨਿੱਕਾ ਮੋਟਾ ਗਰੁੱਪ ਹੋਵੇ ਜਿਹਨੇ ਥੋੜ੍ਹੀ ਜਿਹੀ ਵਿੱਥ ਰੱਖੀ ਹੋਵੇ ਉਹ ਵੱਖਰੀ ਗੱਲ ਆ, ਪਰ ਬਹੁਤੇ ਖੱਬੀ ਪੱਖੀ ਗਰੁੱਪ ਆ ਜਿਹੜੇ ਉਹ ਰਲ ਕੇ ਚੱਲਦੇ ਰਹੇ ਆ। ਦੇਖੋ, ਕਿਸੇ ਵੀ ਖਿੱਤੇ ਦੀ ਰੈਜ਼ਿਸਟੈਂਸ ਆ ਜਿਹੜੀ ਉਹ ਉੱਥੋਂ ਦੇ ਵੇ ਆਫ ਲਾਈਫ ਨਾਲ,
ਉੱਥੋਂ ਦੀ ਪਰੰਪਰਾ ਨਾਲ ਉੱਥੋਂ ਦੀ ਟ੍ਰੈਡੀਸ਼ਨ ਨਾਲ ਬਹੁਤ ਡੂੰਘੇ ਰੂਪ ਦੇ ਵਿੱਚ ਜੁੜੀ ਹੁੰਦੀ ਹੈ। ਇਹ ਗੱਲ ਹਰ ਥਾਂ ਤੇ ਲੜ ਰਹੀ ਧਿਰ ਨੂੰ ਸਮਝਣੀ ਪੈਂਦੀ ਹੈ। ਉਹਦੀ ਉਦਾਹਰਣ ਮੈਂ ਤੁਹਾਨੂੰ ਇੱਕ ਦਿੰਦਾ ਅਲਜੀਰੀਆ ਦੇ ਵਿੱਚੋਂ। ਅਲਜੀਰੀਆ ਮੋਸਟਲੀ ਮੁਸਲਿਮ ਕੰਟਰੀ ਸੀ, ਫਰਾਂਸ ਦਾ ਉੱਥੇ ਕਬਜ਼ਾ ਸੀ। ਉੱਥੋਂ ਦਾ ਜਿਹੜਾ ਬੁੱਧੀਜੀਵੀ ਹੋਇਆ ਬਹੁਤ ਵੱਡਾ ਕਾਲਿਆਂ ਦਾ ਫਰਾਂਸ ਫਨੋਨ, ਉਹਨੇ ਇਹ ਗੱਲ ਸਮਝੀ ਕਿ ਇਸਲਾਮ ਨੂੰ ਪਾਸੇ ਕਰਕੇ ਅਸੀਂ ਨਹੀਂ ਫਰਾਂਸ ਨਾਲ ਲੜ ਸਕਦੇ। ਭਾਵੇਂ ਕਿ ਉਹ ਆਪ ਮਾਰਕਸਿਸਟ ਲੀਨਿੰਗਸ ਰੱਖਦਾ ਸੀ, ਪਰ ਉਹ ਪੰਜਾਬ ਦੇ ਖੱਬੇ ਪੱਖੀਆਂ ਵਾਂਗੂ ਬੇਈਮਾਨ ਜਾਂ ਬੇਵਕੂਫ ਨਹੀਂ ਸੀ। ਉਹਨੇ ਇਹ ਗੱਲ ਸਮਝੀ ਕਿ ਇਸਲਾਮ ਨਾਲ ਐਂਟੈਗੋਨਿਜ਼ਮ ਅਸੀਂ ਨਹੀਂ ਖੜਾ ਕਰ ਸਕਦੇ ਜੇ ਅਸੀਂ ਫਰਾਂਸ ਨੂੰ ਟੱਕਰ ਦੇਣੀ ਹੈ। ਪੰਜਾਬ ਦੇ ਖੱਬੇ ਪੱਖੀਆਂ ਨੇ ਇਹ ਗੱਲ ਨਹੀਂ ਸਮਝੀ ਕਿ ਜੇ ਅਸੀਂ ਕੇਂਦਰ ਸਰਕਾਰ ਨੂੰ ਟੱਕਰ ਦੇਣੀ ਹੈ, ਜੇ ਅਸੀਂ ਗਲੋਬਲ ਕੈਪੀਟਲਿਜ਼ਮ ਨੂੰ ਟੱਕਰ ਦੇਣੀ ਹੈ, ਸਾਨੂੰ ਸਿੱਖੀ ਨਾਲ ਐਂਟੈਗੋਨਿਜ਼ਮ ਖੜਾ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਖੜਾ ਕੀਤਾ ਤੇ ਡਟ ਕੇ ਉਹਨਾਂ ਨੇ ਸਟੇਟ ਦਾ ਸਾਥ ਦਿੱਤਾ। ਪੰਜਾਬ ਦੀ ਅਸਲੀ ਜਿਹੜੀ ਤਰਾਸਦੀ ਹੈ ਉਹ ਇਹ ਹੈ ਤੇ ਇਹਦੇ ਤੇ ਗੱਲ ਵੀ ਘੱਟ ਹੁੰਦੀ ਹੈ। ਉੱਪਰੋਂ ਸਹਿਤਮ ਇਹ ਹੈ ਕਿ ਜਿਹੜੇ ਖੱਬੇ ਪੱਖੀ ਇਲੀਟ ਬੁੱਧੀਜੀਵੀ ਹੈ ਉਹ ਨਾ ਤਾਂ ਸਿੱਖਾਂ ਨਾਲ ਡਾਇਲੌਗ ਕਰਦੇ ਆ ਤੇ ਸ਼ਰੇਆਮ ਉਹ ਇਹ ਕਹਿੰਦੇ ਆ ਕਿ ਸਿੱਖ ਤਾਂ ਹੈ ਹੀ ਇੰਨੇ ਜੱਟ, ਉਹਨਾਂ ਨਾਲ ਡਾਇਲੌਗ ਹੋ ਹੀ ਨਹੀਂ ਸਕਦਾ। ਤੁਸੀਂ ਦੇਖੋ ਹਿਪੋਕ੍ਰੇਸੀ, ਦੇਖੋ ਕਿ ਡਾਇਲੌਗ ਆਪ ਨਹੀਂ ਕਰਨਾ, ਆਪਦੇ ਮੰਚ ਤੇ ਕਦੇ ਕਿਸੇ ਨੂੰ ਬੋਲਣ ਨਹੀਂ ਦੇਣਾ, ਕਦੇ ਕਿਸੇ ਦਾ ਸੱਦਾ ਪ੍ਰਵਾਨ ਨਹੀਂ ਕਰਨਾ ਡਾਇਲੌਗ ਵਾਸਤੇ। ਹੁਣ ਮੈਂ ਇੱਥੇ, ਮੈਨੂੰ ਕੋਈ ਇਤਰਾਜ਼ ਨਹੀਂ ਨਾਂ ਲੈਣ ਦੇ ਵਿੱਚ, ਮੈਂ ਸੁਮੇਲ ਸਿੱਧੂ ਹੋਣਾ ਦਾ ਨਾਂ ਲੈਣਾ ਚਾਹੁੰਦਾ। ਉਹਨਾਂ ਨੇ ਜਿਹੜਾ ਕਿਤਾਬਚਾ ਲਿਖਿਆ ਹੀਰ ਬੰਨਾ ਪੰਜਾਬ ਦੇ ਵਿੱਚ, ਇਹਨਾਂ ਨੇ ਵਾਰ ਵਾਰ ਸਿੱਖਾਂ ਤੇ ਇਹ ਗੱਲ ਲਾ ਕੇ ਕਹੀ ਆ, ਮਾਰ ਖੋਰੇ, ਉਜੱਡ, ਫਲਾਨਾ ਟੋਲਾ, ਅਸਾਲਟ ਧਾਰੀ, ਬਹੁਤ ਮੰਦੇ ਸ਼ਬਦ ਵਰਤੇ ਆ। ਤੇ ਵਾਰ ਵਾਰ ਉਸੇ ਕਿਤਾਬਚੇ ਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਾਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਸਾਨੂੰ ਸੰਵਾਦ ਉਸਾਰਨਾ ਚਾਹੀਦਾ, ਸਾਨੂੰ ਉਸਾਰੂ ਬਹਿਸਾਂ ਵੱਲ ਜਾਣਾ ਚਾਹੀਦਾ, ਤੇ ਆਪ ਉਹ ਕਦੇ ਵੀ ਸੱਦਾ ਕਬੂਲ ਨਹੀਂ ਕਰਦੇ। ਸੋ ਆਪ ਉਹ ਹਮੇਸ਼ਾ ਸੰਵਾਦ ਕਰਨ ਤੋਂ ਭੱਜ ਜਾਂਦੇ ਆ। ਸੋ ਇਹ ਜਿਹੜੀ ਹਿਪੋਕ੍ਰੇਸੀ ਆ, ਸੁਮੇਲ ਇੱਕ ਗੱਲ, ਸੁਮੇਲ ਨਾਲ ਤੁਹਾਨੂੰ ਪਤਾ ਸਾਡੇ ਟੈਲੀਵਿਜ਼ਨ ਤੇ ਵੀ ਆਉਂਦੇ ਰਹਿੰਦੇ ਨੇ, ਉਹਨਾਂ ਨਾਲ ਜਦੋਂ ਗੱਲ ਹੁੰਦੀ ਆ ਉਹ ਕਹਿੰਦੇ ਆ ਕਿ ਅਸਲ 'ਚ ਮਸਲਾ ਵਿਆਖਿਆ ਦਾ, ਸਿੱਖੀ ਦੇ ਅਲੀਟ ਨੇ, ਉਹ ਕਹਿੰਦੇ ਸਿੱਖੀ ਦੀ ਵਿਆਖਿਆ ਮੈਂ ਪ੍ਰਭ ਸ਼ਰਨ ਵੀਰ ਦੀ ਕਿਉਂ ਮੰਨਾਂ, ਜਿਵੇਂ ਜਾਂ ਕਿਸੇ ਹੋਰ ਦੀ ਕਿਉਂ ਮੰਨਾਂ, ਸਿੱਖੀ ਦੀ ਵਿਆਖਿਆ ਜਾਂ ਇੱਥੋਂ ਤੱਕ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਵਿਆਖਿਆ ਹੋਈ ਬਾਅਦ 'ਚੋਂ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜਦੋਂ ਬਾਕੀ ਚੀਜ਼ਾਂ ਦੀ ਵਿਆਖਿਆ ਹੋਣੀ ਸ਼ੁਰੂ ਹੋਈ ਉਹ ਵਿਆਖਿਆਵਾਂ ਬਹੁਤ ਗਲਤ ਕੀਤੀਆਂ ਗਈਆਂ, ਉਹਨਾਂ ਨੂੰ ਇਹ ਲੱਗਦਾ ਉਹ ਇਹ ਕਹਿੰਦੇ ਰਹੇ ਨੇ। ਇੱਕ ਅਲੀਟ ਵਿਆਖਿਆ ਕਰਦਾ ਸੀ, ਅਸਲ 'ਤੇ ਸਿੱਖੀ ਕਿਰਤੀ ਦੀ ਸਿੱਖੀ, ਅਸਲ ਤਾਂ ਸਿੱਖੀ ਹੋਰ ਕੋਈ ਗੱਲ ਕਰ ਰਹੀ ਸੀ, ਇਹਨਾਂ ਨੇ ਗੱਲ ਹੀ ਹੋਰ ਬਣਾਤੀ। ਇਹ ਉਹਨਾਂ ਦਾ ਵੀ ਪੁਆਇੰਟ, ਅਸੀਂ ਤਾਂ ਕਹਿੰਦੇ ਨਹੀਂ ਸਾਡੀ ਵਿਆਖਿਆ ਮੰਨੋ, ਅਸੀਂ ਤਾਂ ਕਹਿੰਦੇ ਹਾਂ ਤੁਸੀਂ ਆਪਦੀ ਵਿਆਖਿਆ ਲਿਆਓ, ਅਸੀਂ ਆਪਦੀ ਵਿਆਖਿਆ ਲਿਆਉਣੀ, ਵਿਚਾਰ ਕਰੋ। ਸੋ ਵਿਚਾਰ ਕਰਨ ਦੇ ਵਿੱਚ ਕੀ ਮਾੜਾ। ਬਾਕੀ ਜਿਹੜੀ ਲਹਿਰ 'ਤੇ ਉਹਨਾਂ ਨੂੰ ਇੰਨਾ ਜ਼ਿਆਦਾ ਇਤਰਾਜ਼ ਆ, ਜਿਹੜੀ ਖਾਲਿਸਤਾਨ ਦੀ ਲਹਿਰ 'ਤੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਪਰਿਵਾਰ ਦੇ ਵਿੱਚ 7 ਭਰਾ ਸੀ, ਉਹ ਤੇ 6 ਕਿੱਲੇ ਸੀ, ਉਹ ਇਲੀਟ ਕਿਵੇਂ ਹੋ ਗਏ ਮੈਨੂੰ ਦੱਸੋ। ਅੱਜ ਸਭ ਤੋਂ ਵੱਧ ਸਤਿਕਾਰ ਜਿਹੜੀ ਸ਼ਖਸੀਅਤ ਦਾ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ, ਉਹਨਾਂ ਨੂੰ ਅਲੀਟ ਉਹ ਕਿਹੜੇ ਢੰਗ ਨਾਲ ਦੱਸਦੇ ਨੇ ਤੁਸੀਂ ਦੱਸੋ ਮੈਨੂੰ। ਹਰ ਜਿਹੜਾ ਖਾਲਿਸਤਾਨ ਪੱਖੀ ਸਿੱਖ ਹੈ ਉਹ ਕੱਟੜ ਬਾਦਲ ਵਿਰੋਧੀ ਹੈ ਕਿ ਨਹੀਂ ਹੈ, ਇਸ ਗੱਲ ਨੂੰ ਸੁਮੇਲ ਸਿੱਧੂ ਹੁਣੀ ਤਸਲੀਮ ਨਹੀਂ ਕਰਦੇ। ਜੇ ਉਹ ਤਸਲੀਮ ਕਰਨਗੇ ਤਾਂ ਉਹ ਆਪਦੇ ਟ੍ਰੈਪ ਚ ਆਪੇ ਹੀ ਫਸ ਜਾਣਗੇ, ਉਹਨਾਂ ਦਾ ਝੂਠ ਐਕਸਪੋਜ਼ ਹੋ ਜਾਊਗਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ, ਜੇ ਉਹ ਤੁਹਾਡੇ ਨਾਲ ਬਹਿਸ ਨੂੰ ਤਿਆਰ ਹੋਣ, ਕਦੇ ਤੁਸੀਂ ਤਿਆਰ ਹੋ, ਜੇ ਮੰਨ ਲਓ ਸੁਣਨਗੇ ਹੀ ਉਹ, ਜੇ ਉਹ ਤਿਆਰ ਹੋਣ ਤੁਸੀਂ ਤਿਆਰ ਹੋ? ਅਸੀਂ ਤਿਆਰ ਹਾਂ ਜੀ, ਬਿਲਕੁਲ। ਅਸੀਂ ਤਾਂ ਉਹਨੂੰ ਪਹਿਲਾਂ ਵੀ ਕਈ ਵਾਰੀ ਫੇਸਬੁੱਕ ਤੇ ਬੇਨਤੀ ਕਰ ਚੁੱਕੇ ਹਾਂ, ਪਰ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ। ਅਸੀਂ ਬਿਲਕੁਲ ਤਿਆਰ ਹਾਂ, ਜਦੋਂ ਮਰਜ਼ੀ ਉਹ ਬਹਿਸ ਕਰਨ। ਮੈਂ ਥੋੜ੍ਹਾ ਜਿਹਾ ਆਉਣਾ ਚਾਹੁੰਦਾ ਪਿੱਛੇ, ਜਿਹੜਾ ਤੁਸੀਂ ਗੱਲ ਕਰ ਰਹੇ ਸੀ ਧਰਮ, ਤੁਸੀਂ ਕਿਹਾ ਸੈਕੂਲਰਿਜ਼ਮ ਨੇ ਬੇੜਾ ਗਰਕ ਕੀਤਾ ਗਾ ਕੌਮਾਂ ਦਾ, ਔਰ ਜਿਸ ਤਰ੍ਹਾਂ ਦੀ ਇੱਕ ਆਪਸੀ ਸਹਿ ਹੋਣ ਵਾਲਾ, ਜੇ ਆਪਾਂ ਕਹਿ ਦਈਏ ਕੋਐਗਜ਼ਿਸਟੈਂਸ ਦਾ ਮਾਹੌਲ ਸੀ, ਉਹਨੂੰ ਫਿਰ ਬਾਅਦ 'ਚੋਂ ਕੋਐਗਜ਼ਿਸਟੈਂਸ ਹੀ ਬੇਸਿਕਲੀ ਸੈਕੂਲਰਿਜ਼ਮ ਆਗਾ ਜੇ ਮਾਡਰਨ ਵਿਆਖਿਆ ਹੋਵੇ, ਹੈ ਨਾ। ਅਤੇ ਪਰ ਦੁਨੀਆਂ ਜਿਵੇਂ ਮੰਨ ਲਓ ਇਸਲਾਮਿਕ ਕ੍ਰਾਂਤੀ ਦੀ ਗੱਲ ਕਰਦੇ ਹਾਂ, ਆਪਾਂ ਇਰਾਨ ਦੀ ਇਸਲਾਮਿਕ ਕ੍ਰਾਂਤੀ ਦੀ ਆਪਾਂ ਗੱਲ ਕਰੀਏ, ਜਾਂ ਮੈਂ ਅਜਮੇਰ ਸਿੰਘ ਹੋਰਾਂ ਦੇ ਨਾਲ ਇੱਕ ਪ੍ਰੋਗਰਾਮ ਕੀਤਾ ਸੀ, ਉਹਦੇ 'ਚ ਵੀ ਮੈਂ ਪੁੱਛਿਆ ਸੀ ਉਹਨਾਂ ਨੂੰ, ਜਦੋਂ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਥੋਟ ਲਗਭਗ ਤੁਹਾਡਾ, ਉਹ ਵੀ ਕਹਿੰਦੇ ਸੀਗੇ ਕਿ ਬੇਸਿਕ ਇੰਸਟਿੰਕਟ ਆ ਜਿਹੜਾ ਪੰਜਾਬ ਦਾ ਉਹ ਸਿੱਖਇਜ਼ਮ ਦੇ ਨਾਲ ਉਹ ਹੈਗਾ। ਤਾਂ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਜਿਹੜੇ ਰੋਹਿੰਗਿਆ ਮੁਸਲਮਾਨ ਉੱਥੇ ਬੋਧਾਂ ਨੇ, ਹੈ ਨਾ, ਮਾਰੇ, ਤੁਹਾਨੂੰ ਪਤਾ ਹੀ ਹੈਗਾ ਕਿੰਨਾ ਵੱਡਾ ਉਹਨਾਂ 'ਤੇ ਜ਼ੁਲਮ ਹੋਇਆ ਹੈਗਾ। ਫਿਰ ਉਹ ਕੈਟਾਗਰੀਜ਼ ਨੂੰ, ਜਾਂ ਆਪਾਂ ਇਰਾਨ ਦੀ ਇਸਲਾਮਿਕ ਅੰਤੀ ਦੇ ਫੇਲਿਊਅਰ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਕਿੱਥੇ ਰੱਖ ਕੇ ਦੇਖਦੇ ਹਾਂਗੇ? ਤੁਸੀਂ ਦੇਖੋ ਇਹਨਾਂ ਨੂੰ ਰੱਖ ਕੇ ਵੇਖੋ ਵੈਸਟਰਨ ਮਾਡਰਨ ਸੈਕੂਲਰਿਜ਼ਮ ਦੇ ਫੇਲਿਅਰ ਦੇ ਵਿੱਚ। ਵੈਸਟਰਨ ਮਾਡਰਨ ਸੋਸਾਇਟੀ ਆ ਜਿਹੜੀ, ਜਿਹਨੇ ਸੈਕੂਲਰਾਈਜ਼ ਆਪਣੇ ਆਪ ਨੂੰ ਕੀਤਾ, ਉਹ ਉੱਥੇ ਡਿਸਕ੍ਰਿਮੀਨੇਸ਼ਨ ਉਹਨਾਂ ਨੇ ਖਤਮ ਕਰ ਲਈ,
ਜਦੋਂ ਸੈਕੂਲਰਿਜ਼ਮ ਦਾ ਫਲਸਫਾ ਆਇਆ ਉਦੋਂ ਕਲੋਨਲਿਜ਼ਮ ਪੂਰੇ ਜ਼ੋਰ ਤੇ ਚੱਲ ਰਿਹਾ ਸੀ ਤੇ ਉਹਦੇ ਤੋਂ ਵੀ ਦੋ ਸਦੀਆਂ ਬਾਅਦ ਪੂਰੇ ਜ਼ੋਰ ਨਾਲ ਚੱਲਦਾ ਰਿਹਾ। ਸੋ ਉਹ ਜਿਹੜੀ ਹਿਪੋਕ੍ਰੇਸੀ ਸੀ ਅਸੀਂ ਤਾਂ ਸਿਰਫ ਉਹਦੇ ਤੇ ਧਿਆਨ ਦਿਵਾਉਣਾ ਚਾਹੁੰਦੇ ਹਾਂ। ਦੂਜੀ ਗੱਲ, ਜਿਹੜਾ ਪੰਜਾਬ ਦੇ ਵਿੱਚ ਸਿੱਖੀ ਦੇ ਰੂਪ ਦੇ ਵਿੱਚ ਰਿਲੀਜੀਅਸ ਕੋ ਐਗਜ਼ਿਸਟੈਂਸ ਦਾ ਜਿਹੜਾ ਜਿਹੜੀ ਪ੍ਰੈਕਟਿਸ ਹੋਈ ਆ, ਇਕੱਲਾ ਆਈਡੀਆ ਨਹੀਂ ਪ੍ਰੈਕਟਿਸ ਹੋਈ ਆ ਜਿਹੜੀ, ਉਹ ਵੈਸਟਰਨ ਸੈਕੂਲਰਿਜ਼ਮ ਦੇ ਆਈਡੀਆ ਤੋਂ ਬਿਲਕੁਲ ਵੱਖਰੀ ਹੈ। ਉਹਦੇ ਚ ਉਹੋ ਜੀ ਹਿਪੋਕ੍ਰੇਸੀ ਆ ਜਿਹੜੀ ਵੈਸਟ ਵਰਗੀ, ਉਹ ਨਹੀਂ ਹੈ। ਮੈਂ ਕਹਿ ਰਿਹਾ ਵੀ ਕੋ ਐਗਜ਼ਿਸਟੈਂਸ ਦਾ ਮਾਡਰਨ ਨਾ ਸੈਕੂਲਰਿਜ਼ਮ, ਮੰਨ ਲਓ ਇਹ ਮੰਨ ਲਓ ਵੀ ਹਨਾ ਕੋ ਐਗਜ਼ਿਸਟੈਂਸ ਹੀ ਹੁੰਦੀ ਸੀ ਨਾ ਸਦੀਆਂ ਤੋਂ, ਆਪਾਂ ਰਹਿੰਦੇ ਆ ਰਹੇ ਹਾਂ ਮਾਡਰਨ ਸਟੇਟ ਤਾਂ ਕੱਲ੍ਹ ਦੀ ਗੱਲ ਹੈ, ਮਾਡਰਨ ਸਟੇਟ ਜਦੋਂ ਮਾਡਰਨਿਟੀ ਆਈ ਹੈ, ਮਾਡਰਨਿਟੀ ਤਾਂ ਕੱਲ੍ਹ ਦੀ ਗੱਲ ਆ ਜੀ ਹਨਾ, ਕਿੰਨੀਆਂ ਸਦੀਆਂ ਤੁਸੀਂ ਪਿੱਛੇ। ਉਦੋਂ ਪਹਿਲਾਂ ਤਾਂ ਲੋਕ ਕੋ ਐਗਜ਼ਿਸਟੈਂਸ ਨਾਲ ਸੈਕੂਲਰਿਜ਼ਮ ਸ਼ਬਦ ਤਾਂ ਨਹੀਂ ਹੁੰਦਾ ਸੀ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੇ ਧਰਮ ਦੇ ਅਕੀਦੇ ਦੇ ਨਾਲ ਜਿੱਥੇ ਜਿੱਥੇ ਦੁਨੀਆ 'ਚ ਐਕਸਪੈਰੀਮੈਂਟ ਹੋਏ ਹਨਾ, ਧਰਮ ਵੱਖਰੀ ਗੱਲ ਆ ਵੀ ਸਿੱਖਇਜ਼ਮ ਉਹਨਾਂ ਧਰਮਾਂ ਤੋਂ ਵੱਖਰਾ ਹੋ ਸਕਦਾ ਗਾ ਹਨਾ, ਬਿਲਕੁਲ ਡਿਫਰੈਂਟ ਹੈਗਾ ਵੀ ਆ ਬਹੁਤ ਸਾਰੇ ਪੱਖਾਂ ਤੋਂ, ਉਹ ਉੱਥੇ ਕਿਉਂ ਫੇਲਿਓਰ ਰਿਹਾ? ਜਿਵੇਂ ਮੈਂ ਕਹਿੰਦਾ ਗਾ ਕਿ ਬੌਧਾਂ ਨੂੰ ਜਿਨ੍ਹਾਂ ਨੂੰ ਸ਼ਾਂਤੀ ਦੇ ਸਭ ਤੋਂ ਵੱਡੇ ਦੂਤ ਮੰਨਿਆ ਜਾਂਦਾ, ਉਹਨਾਂ ਨੇ ਰੋਹਿੰਗਿਆ ਮੁਸਲਮਾਨ ਵਿਚਾਰੇ ਜਿਵੇਂ ਤੁਹਾਡੇ ਸਾਹਮਣੇ, ਉਹ ਸਾਰੀਆਂ ਗੱਲਾਂ ਤਾਂ ਦੇਖੋ। ਜਿਹੜੀ ਪਹਿਲੀ ਤਾਂ ਗੱਲ, ਜਿਹੜਾ ਰਿਲੀਜਨ ਐਜ਼ ਅ ਕੈਟੇਗਰੀ ਇਹ ਗਲਤ ਕੈਟੇਗਰੀ ਹੈ, ਇਹਦੇ ਤੇ ਬਹੁਤ ਸਕਾਲਰਸ ਨੇ ਕੰਮ ਵੀ ਕੀਤਾ। ਹਰ ਧਰਮ ਹੈ ਜਿਹੜੀ ਉਹ ਵੱਖਰੀ ਫਾਰਮ ਆਫ ਲਾਈਫ ਹੈ, ਉਹ ਵੱਖਰਾ ਵੇ ਆਫ ਲਾਈਫ ਹੈ, ਉਹਦਾ ਵੱਖਰਾ ਇੱਕ ਇਤਿਹਾਸ ਹੈ, ਉਹਦੀ ਵੱਖਰੀ ਇੱਕ ਪਰੰਪਰਾ। ਇਸਲਾਮ ਦਾ ਵੱਖਰਾ ਇਤਿਹਾਸ ਹੈ, ਸਿੱਖੀ ਦਾ ਵੱਖਰਾ ਇਤਿਹਾਸ ਹੈ। ਇਸਲਾਮ ਤੇ ਸਿੱਖੀ ਦਾ ਇਤਿਹਾਸ ਜਿਹੜਾ ਉਹ ਆਪਸ ਦੇ ਵਿੱਚ ਮੇਲ ਨਹੀਂ ਖਾਂਦਾ ਗਾ। ਕਿਸੇ ਕੌਮ ਦੀ ਪਰਖ ਉਦੋਂ ਹੁੰਦੀ ਆ ਜਦੋਂ ਉਹਦੇ ਕੋਲੇ ਰਾਜ ਹੋਵੇ। ਸੋ ਜਿਹੜਾ ਸਿੱਖਾਂ ਦਾ ਇਤਿਹਾਸ ਹੈ, ਜਦੋਂ ਜਦੋਂ ਉਹਨਾਂ ਕੋਲੇ ਰਾਜ ਆਇਆ, ਉਹਨਾਂ ਨੇ ਵੱਖਰੇ ਤਰੀਕੇ ਨਾਲ ਬਾਕੀ ਕੌਮਾਂ ਤੋਂ ਵੱਖਰੇ ਤਰੀਕੇ ਨਾਲ ਐਕਟ ਕੀਤਾ। ਉਹ ਐਕਟ ਆ ਜਿਹੜਾ ਉਹਦੇ ਵਿੱਚ ਕੰਪੈਸ਼ਨ ਸੀ, ਉਹਦੇ ਵਿੱਚ ਟੋਲਰੈਂਸ ਤੋਂ ਵੀ ਅੱਗੇ ਜਾ ਕੇ ਐਕਸੈਪਟੈਂਸ ਸੀ ਦੂਜੇ ਦੀ। ਬਾਕੀ ਇਤਿਹਾਸਾਂ ਦੇ ਵਿੱਚ ਉਸ ਪੱਧਰ ਤੇ, ਬਾਕੀ ਕੌਮਾਂ ਦੇ ਇਤਿਹਾਸਾਂ ਦੇ ਵਿੱਚ, ਕਈਆਂ ਕੌਮਾਂ ਦੇ ਇਤਿਹਾਸਾਂ 'ਚ ਇਹ ਗੱਲ ਨਹੀਂ ਮਿਲਦੀ ਗੀ। ਦੂਜੀ ਗੱਲ ਵੀ, ਜਿਹੜੀ ਕੋਈ ਵੀ ਰਿਲੀਜੀਅਸ ਟ੍ਰੈਡੀਸ਼ਨ ਆ ਉਹ ਸਟੈਟਿਕ ਨਹੀਂ ਹੁੰਦੀ ਗੀ, ਉਹਦੇ ਵਿੱਚ ਸਮੇਂ ਨਾਲ ਬਹੁਤ ਵੱਡੇ ਬਦਲਾਅ ਜਿਹੜੇ ਆ ਆਉਂਦੇ ਰਹਿੰਦੇ ਆ। ਤੇ ਜਦੋਂ ਵੀ ਕੋਈ ਧਿਰ ਦੇ ਹੱਥ ਦੇ ਵਿੱਚ ਰਾਜ ਆਉਂਦਾ, ਉਦੋਂ ਉਹਦੇ ਕੋਲੇ ਪਰਖ ਦੀ ਘੜੀ ਹੁੰਦੀ ਆ ਕਿ ਉਹਨੇ ਆਪਣੇ ਆਪ ਨੂੰ ਸਥਾਪਿਤ ਕਰਨਾ ਹੁੰਦਾ, ਆਪਦੀ ਲਿਜੀਟੀਮੇਸੀ ਆ ਜਿਹੜੀ ਉਹ ਸਥਾਪਿਤ ਕਰਨੀ ਹੁੰਦੀ ਆ। ਜੇ ਇਰਾਨ ਦੇ ਵਿੱਚ ਐਕਸਪੈਰੀਮੈਂਟ ਆ ਜਿਹੜਾ ਉਹਨੂੰ ਆਪਾਂ ਫੇਲਿਅਰ ਮੰਨਦੇ ਹਾਂ, ਤੇ ਫਿਰ ਆਪਾਂ ਇੰਡੀਅਨ ਸੈਕੂਲਰਿਜ਼ਮ ਐਕਸਪੈਰੀਮੈਂਟ ਨੂੰ ਕੀ ਮੰਨਦੇ ਹਾਂ? ਇਸ ਇਰਾਨ ਦੇ ਵਿੱਚ ਜਿੰਨੇ ਲੋਕਾਂ ਦੇ ਕਤਲ ਦਾ ਦੋਸ਼ ਇਸਲਾਮਿਕ ਗਵਰਨਮੈਂਟ ਤੇ ਲੱਗਦਾ 1979 ਤੋਂ ਲੈ ਕੇ ਅੱਜ ਤੱਕ, ਉਹ ਅਰਾਊਂਡ 20,000 ਹੈ। ਤੇ ਇੰਡੀਅਨ ਸੈਕੂਲਰਿਜ਼ਮ ਦੇ ਅੰਡਰ ਮੈਨੂੰ ਦੱਸੋ ਵੀ ਕਿੰਨੇ ਬੰਦੇ ਮਾਰੇ ਗਏ ਆ ਹੁਣ ਤੱਕ, ਉਹ ਉਸੇ ਸਮੇਂ 'ਚ 1979 ਤੋਂ ਲਾ ਲਓ, ਕਈ ਗੁਣਾ ਵੱਧ ਕਤਲੋਕਾਰਤਾ ਜਿਹੜੀ ਉਹ ਇੰਡੀਆ ਦੇ ਵਿੱਚ ਹੋਈ ਆ, ਜਿਹੜਾ ਕਿ ਆਪੇ ਆਪਣੇ ਆਪ ਨੂੰ ਸੈਕੂਲਰ ਸੋਸ਼ਲਿਸਟ ਰਿਪਬਲਿਕ ਕਹਾਉਂਦਾ। ਸੋ ਇਰਾਨੀ ਗਵਰਨਮੈਂਟ ਨੇ ਕਿਵੇਂ ਕੰਡਕਟ ਕੀਤਾ, ਇਹਦੇ ਨਾਲ ਇਹ ਸਾਬਤ ਨਹੀਂ ਹੋ ਜਾਂਦਾ ਕਿ ਧਰਮ ਦੇ ਆਧਾਰ ਤੇ ਕੋਈ ਵੀ ਸਟੇਟ ਸਥਾਪਿਤ ਕਰਨੀ ਗਲਤ। ਅੱਛਾ, ਇੱਕ ਇੱਕ ਬਹੁਤ ਡਿਸਕਸ਼ਨ ਬਹੁਤ ਪੁਰਾਣੀ ਹੈ, ਪ੍ਰੋਫੈਸਰ ਕਿਸ਼ਨ ਸਿੰਘ ਵੀ ਕਿਉਂਕਿ ਸੁਮੇਲ ਵੀ ਲਗਾਤਾਰ ਉਹਦਾ ਜ਼ਿਕਰ ਕਰਦੇ ਨੇ ਉਹਨਾਂ ਦਾ, ਔਰ ਪੰਜਾਬ ਦੇ ਅੰਦਰ ਇਹ ਬਹੁਤ ਪੁਰਾਣੀ ਡਿਬੇਟ ਹੈ ਵੀ ਕਿਹਾ ਜਾਂਦਾ ਕਿ ਗਦਰੀ ਬਾਬੇ ਸੀ ਜਿਹੜੇ, ਉਹਨਾਂ ਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਆ, ਸੋਵੀਅਤ ਯੂਨੀਅਨ ਜਾਂਦੇ ਨੇ, ਉਸ ਤੋਂ ਬਾਅਦ ਆ ਕੇ ਪੰਜਾਬ ਦੇ ਅੰਦਰ ਕਿਰਤੀ ਪਾਰਟੀ ਬਣਦੀ ਹੈ, ਬਹੁਤ ਸਾਰਾ ਇੱਕ ਹਿਸਟਰੀ ਹੈ ਪੰਜਾਬ 'ਚ, ਲੈਫਟ ਅਤੇ ਸਿੱਖਾਂ ਦੀਆਂ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਦੋਵਾਂ ਪਾਸਿਆਂ 'ਚੋਂ ਲੋਕ ਰਹੇ ਨੇ, ਲੈਫਟ ਵਾਲੇ ਪਾਸਿਓਂ ਵੀ ਅਤੇ ਸਿੱਖਾਂ ਵਾਲੇ ਪਾਸਿਓਂ ਵੀ ਇਸ ਗੱਲ ਦਾ ਆਰਗੂਮੈਂਟ ਕਰਦੇ ਰਹੇ ਨੇ। ਪਿਛਲੇ ਦਿਨੀ ਕੇਂਦਰੀ ਗੁਰੂ ਸਿੰਘ ਸਭਾ ਇੱਕ ਸੰਸਥਾ ਗਈ, ਉਹਨਾਂ ਨੇ ਇੱਕ ਸੈਮੀਨਾਰ ਕਰਵਾਇਆ ਇਸੇ ਮਸਲੇ 'ਤੇ, ਜਿੱਥੇ ਉਹਨਾਂ ਨੇ ਲੈਫਟ ਵਾਲੇ ਵੀ ਸੱਦੇ, ਕਾਮਰੇਡ ਵੀ ਸੱਦੇ ਅਤੇ ਸਿੱਖ ਵਿਦਵਾਨ ਵੀ ਉੱਥੇ ਸੀ। ਤੁਹਾਨੂੰ ਕੀ ਲੱਗਦਾ, ਇਹ ਕੋਈ ਇਹ ਔਰਗੈਨਿਕ ਰਿਲੇਸ਼ਨ ਬਣ ਸਕਦਾ ਜਾਂ ਇਨਔਰਗੈਨਿਕ ਆ, ਜਾਂ ਇਹ ਸੰਭਵ ਵੀ ਨਹੀਂ ਆ, ਜਾਂ ਇਹ ਡਾਇਲੋਗ 'ਚੋਂ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਡਾਇਲੋਗ ਸੁਮੇਲ ਹੋਰਾਂ ਨਾਲ, ਤੁਸੀਂ ਇਹ ਕਰਨਾ ਚਾਹੁੰਦੇ ਹੋ ਕੋਈ ਗੱਲ ਰਾਹ ਪਵੇ ਜਾਂ ਸਿਰਫ ਡਾਇਲੋਗ ਲਈ ਡਾਇਲੋਗ ਆ, ਮਤਲਬ ਕੀ, ਮਤਲਬ ਤੁਸੀਂ ਕੀ ਸੋਚਦੇ ਹੋ? ਨਹੀਂ ਦੇਖੋ, ਡਾਇਲੋਗ ਲਈ ਡਾਇਲੋਗ ਨਹੀਂ, ਅਸੀਂ ਤਾਂ ਡਾਇਲੋਗ ਕਰਨਾ ਚਾਹੁੰਦੇ ਹਾਂ ਵੀ ਗੱਲ ਕਿਸੇ ਪਾਸੇ ਜਾਵੇ। ਉਹਦੇ ਵਿੱਚ ਮੈਂ ਸੰਤ ਬਾਬਾ ਵਿਸਾਖਾ ਸਿੰਘ ਜੀ, ਜਿਹੜੇ ਗਦਰੀ ਬਾਬਿਆਂ ਦੇ ਵਿੱਚ ਮੋਹਰੀ ਰਹੇ ਆ, ਉਹਨਾਂ ਦੀ ਇੱਕ ਲਾਈਨ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਉਹ ਕਹਿੰਦੇ ਕਮਿਊਨਿਜ਼ਮ ਸਿੱਖੀ ਦੇ ਵਿੱਚ ਸਮਾ ਸਕਦਾ, ਸਿੱਖੀ ਕਮਿਊਨਿਜ਼ਮ 'ਚ ਨਹੀਂ ਸਮਾ ਸਕਦੀ, ਇਹਦੇ 'ਚ ਭੇਦ ਆ ਸਾਰਾ, ਸਿੱਖੀ ਕਮਿਊਨਿਜ਼ਮ 'ਚ ਨਹੀਂ ਸਮਾ ਸਕਦੀ। ਜਿਹੜੇ ਸਾਡੇ ਪੰਜਾਬ ਦੇ ਬੁੱਧੀਜੀਵੀ ਹੈ, ਜੇ ਉਹ ਵਾਕਿਆ ਡਾਇਲੋਗ ਕਰਨਾ ਚਾਹੁੰਦੇ ਆ, ਉਹਨਾਂ ਨੂੰ ਮਾਰਕਸਿਜ਼ਮ ਐਜ਼ ਐਨ ਆਈਡੀਓਲੋਜੀ, ਉਹਦਾ ਜਿਹੜਾ ਫੇਲਿਅਰ 20th ਸੈਂਚਰੀ ਨੇ ਵੇਖਿਆ, ਉਹਦੇ 'ਤੇ ਗੌਰ ਕਰਨੀ ਚਾਹੀਦੀ ਹੈ। ਜਿਹੜਾ ਸੈਕਿੰਡ ਵਰਲਡ ਵਾਰ ਤੋਂ ਬਾਅਦ ਪੱਛਮ ਦੇ ਵਿੱਚ ਤੇ ਦੁਨੀਆਂ ਦੇ ਹੋਰਾਂ ਹਿੱਸਿਆਂ ਦੇ ਵਿੱਚ, ਅਫਰੀਕਾ 'ਚ, ਲਤੀਨੀ ਅਮਰੀਕਾ 'ਚ, ਹੋਰ ਹਿੱਸਿਆਂ ਦੇ ਵਿੱਚ ਜਿਹੜਾ ਫਲਸਫਾ ਪੈਦਾ ਹੋਇਆ, ਜਿਹੜੀ ਵਿਚਾਰ ਚਰਚਾ ਚੱਲੀ ਹੈ, ਉਹਦੇ 'ਤੇ ਉਹਨਾਂ ਨੂੰ ਮਾੜੀ ਮੋਟੀ ਗੌਰ ਕਰਨੀ ਚਾਹੀਦੀ ਹੈ।
ਇਹ ਤਾਂ ਜਿਵੇਂ ਬਹੁਤ ਕੱਟੜ ਤਰੀਕੇ ਨਾਲ ਉਹਨੂੰ ਫੋਲੋ ਕਰ ਰਹੇ ਉਹਦੇ ਚੁੰਗਲ ਚੋਂ ਜਿੰਨਾ ਚਿਰ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਗੱਲ ਕਿਵੇਂ ਸਾਬਤ ਹੋਊਗੀ। ਦੂਜੀ ਗੱਲ ਇਹ ਤੁਹਾਨੂੰ ਲੱਗਦਾ ਸੰਭਵ ਹੈ, ਤੁਹਾਨੂੰ ਲੱਗਦਾ ਇਹ ਰਿਲੇਸ਼ਨ ਪੰਜਾਬ ਦੇ ਅੰਦਰ, ਮੈਂ ਸਪੈਸੀਫਿਕਲੀ ਪੁੱਛ ਰਿਹਾ, ਸੰਭਵ ਹੈ ਕਿ ਕਦੇ ਕਾਮਰੇਡ ਅਤੇ ਖਾਲਿਸਤਾਨੀ ਧਿਰਾਂ ਜਾਂ ਕਿ ਇਹ ਕਾਮਰੇਡ ਅਤੇ ਸਿੱਖ ਧਿਰਾਂ ਜਿਹੜੇ ਇਹ ਕਦੇ ਰਲ ਕੇ ਕਿਸੇ ਇਸ਼ੂ 'ਤੇ ਕੰਮ ਕਰ ਸਕਦੀਆਂ? ਨਹੀਂ ਹੋ ਸਕਦਾ। ਦੇਖੋ ਸੀਮਤ ਰੂਪ ਦੇ ਵਿੱਚ ਤਾਂ ਆਲਰੇਡੀ ਹੋ ਵੀ ਰਿਹਾ, ਜਿਵੇਂ ਕਈ ਇਸ਼ੂਜ਼ ਦੇ ਉੱਤੇ ਸਿੱਖ ਧਿਰਾਂ ਅਤੇ ਖੱਬੇ ਪੱਖੀ ਧਿਰਾਂ ਜਿਹੜੀਆਂ ਉਹਨਾਂ ਦੀ ਸਾਂਝੀ ਰਾਏ ਹੁੰਦੀ ਆ, ਕੁਛ ਇੱਕ ਖੱਬੇ ਪੱਖੀ ਧਿਰਾਂ ਦੀਆਂ, ਪਰ ਸਮੁੱਚੇ ਰੂਪ ਦੇ ਵਿੱਚ ਜਿਹੜੀਆਂ ਖੱਬੇ ਪੱਖੀ ਧਿਰਾਂ ਨਾ, ਉਹਨਾਂ ਦੀ ਸਮੱਸਿਆ ਕੀ ਆ? ਉਹਨਾਂ ਦੀ ਸਮੱਸਿਆ ਆਪਾਂ ਨੂੰ ਸਮਝਣੀ ਚਾਹੀਦੀ ਆ। ਉਹਨਾਂ ਦੀ ਸਮੱਸਿਆ ਇਹ ਹੈ ਕਿ ਪੰਜਾਬ ਦੀਆਂ ਲੈਫਟ ਲਿਬਰਲ ਧਿਰਾਂ ਮਾਡਰਨਿਟੀ ਦਾ ਪੁਜਾਰੀ ਵਰਗ ਹੈ, ਮੈਂ ਉਹਨਾਂ ਨੂੰ ਪੁਜਾਰੀ ਵਰਗ ਕਹਿੰਦਾ, ਕਿਉਂਕਿ ਉਹਨਾਂ ਦੇ ਅੰਦਰ ਕੋਈ ਭਾਵਨਾ ਨਹੀਂ, ਉਹਨਾਂ ਨੇ ਮਾਡਰਨਿਟੀ ਨੂੰ ਰੱਬ ਬਣਾ ਲਿਆ ਤੇ ਮਾਡਰਨਿਟੀ ਬਾਰੇ ਕ੍ਰਿਟੀਕਲ ਨਹੀਂ। ਤੇ ਉਹ ਕਰ ਕੀ ਰਹੇ ਹੈ ਕਿ ਮਾਡਰਨਿਟੀ ਦਾ ਪਹਿਲਾ ਲੈਸਨ ਇਹ ਹੈ ਵੀ ਹਰ ਚੀਜ਼ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ, ਹਰ ਚੀਜ਼ ਦੇ ਵਿੱਚ ਤਾਂ ਮਾਡਰਨਿਟੀ ਵੀ ਹੈ। ਸੋ ਉਹ ਮਾਡਰਨਿਟੀ ਨੂੰ ਕ੍ਰਿਟੀਸਾਈਜ਼ ਕਰਦੇ, ਉਹ ਹਰ ਹੀਲੇ ਟ੍ਰੈਡੀਸ਼ਨ ਨੂੰ ਦੋਸ਼ੀ ਸਿੱਧ ਕਰਕੇ, ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖੀ ਨੂੰ ਤੇ ਸਿੱਖਾਂ ਨੂੰ ਦੋਸ਼ੀ ਸਿੱਧ ਕਰਕੇ ਮਾਡਰਨ ਆਈਡੀਆਜ਼, ਮਾਡਰਨ ਆਈਡੀਓਲੋਜੀ ਨੂੰ ਇੱਥੇ ਇੰਪੋਜ਼ ਕਰਨਾ ਚਾਹੁੰਦੇ ਆ। ਤੇ ਉਹ ਕਈ ਵਾਰੀ ਇਹ ਭੁੱਲ ਜਾਂਦੇ ਆ ਵੀ ਜਿਹੜੀ ਇਹ ਮਾਡਰਨ ਆਈਡੀਓਲੋਜੀ ਜਿਹੜੀ ਉਹਨਾਂ ਨੂੰ ਚੰਗੀ ਲੱਗਦੀ ਹੈ, ਇਹ ਅਸਲ ਦੇ ਵਿੱਚ ਗਲੋਬਲ ਕੈਪੀਟਲ ਦਾ ਰਾਹ ਪੱਧਰਾ ਕਰਨ ਵਾਸਤੇ ਸਭ ਤੋਂ ਕਾਰਗਰ ਹਥਿਆਰ ਹੈ ਇਹ। ਟ੍ਰੈਡੀਸ਼ਨ ਅਸਲ ਦੇ ਵਿੱਚ ਉਹਦੇ ਰਾਹ ਦੇ ਵਿੱਚ, ਗਲੋਬਲ ਕੈਪੀਟਲ ਦੇ ਫਲੋ ਦੇ ਰਾਹ ਦੇ ਵਿੱਚ ਅਸਲ 'ਚ ਟ੍ਰੈਡੀਸ਼ਨ ਅੜਿੱਕਾ, ਇਹੀ ਤਾਂ ਜਿਹੜਾ ਇਸੇ ਤੋਂ ਕਰਕੇ ਤੁਸੀਂ ਇਹ ਕਹਿੰਦੇ ਹੋ ਵੀ ਕਲਚਰ ਪੋਲੀਟਿਕਸ ਨੂੰ ਡਰਾਈਵ ਕਰ ਰਿਹਾ ਹੈਗਾ ਕਿ ਪਹਿਲਾਂ ਕਲਚਰਲ ਵੈਲਿਊਜ਼ ਖਤਮ ਕਰੋ ਫਿਰ ਆਪੀ ਪੋਲੀਟਿਕਸ ਖੜੀ ਹੋ ਜੂ ਉੱਥੇ। ਹਾਂਜੀ, ਪਹਿਲਾਂ ਕਲਚਰਲ ਵੈਲਿਊਜ਼ ਆ ਜਿਹੜੀਆਂ ਉਹ ਚੇਂਜ ਕਰੋ, ਉਹਦੇ 'ਚ ਲੈਫਟ ਅਤੇ ਇੰਡੀਅਨ ਸਟੇਟ ਆ ਜਿਹੜੀ ਉਹ ਬਹੁਤ ਹੱਦ ਤੱਕ ਕਾਮਯਾਬ ਹੋ ਵੀ ਗਏ ਆ ਪੰਜਾਬ ਦੇ ਵਿੱਚ, ਕਿਉਂਕਿ ਤੁਸੀਂ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਆ ਜਿਹੜਾ ਇੰਡੀਆ ਦੇ ਵਿੱਚ ਉਹ ਜ਼ਿਆਦਾ ਮਾਡਰਨਾਈਜ਼ ਹੋਇਆ। ਅਤੇ ਉਹਦਾ ਕਾਰਨ ਹੀ ਇਹ ਸੀ ਕਿਉਂਕਿ ਫੋਕਸ ਇੱਥੇ ਸੀਗਾ ਜ਼ਿਆਦਾ, ਅਤੇ ਇੱਥੋਂ ਵੀ ਬਗਾਵਤ ਉੱਠ ਸਕਦੀ ਸੀ ਕੋਈ ਮੀਨਿੰਗਫੁੱਲ, ਹੋਰ ਖਿੱਤਿਆਂ ਦੇ ਵਿੱਚੋਂ ਓਡੀ ਮੀਨਿੰਗਫੁੱਲ ਬਗਾਵਤ। ਮੈਂ ਹੁਣ ਉਹੀ ਗੱਲ ਕਰਦਾ, ਹੁਣ ਇਹ ਜਿਹੜੀ ਪ੍ਰਭ ਸ਼ਰਨਵੀਰ ਕਈ ਵਾਰ ਹੁੰਦਾ ਹੈਗਾ ਜਿਵੇਂ ਤੁਸੀਂ ਗੱਲ ਕਰ ਰਹੇ ਹੋਗੇ, ਹੈ ਨਾ, ਜਿਵੇਂ ਮੈਂ ਸਿੱਖਾਂ ਦੇ ਬਹੁਤ ਸਾਰੇ ਵਿਦਵਾਨ ਲਗਾਤਾਰ ਮਿਲਦੀ ਰਹਿੰਦੇ ਨੇ, ਸਾਰੇ ਤਰ੍ਹਾਂ ਦੇ ਲੋਕ, ਸਾਰੇ ਨਾ ਖਾਲਿਸਤਾਨੀ ਨੇ ਅਤੇ ਨਾ ਹੀ ਸਾਰੇ ਮਾਡਰਨ ਨੇ, ਹੈ ਨਾ। ਜਿਹੜੇ ਮਾਡਰਨ ਨੇ ਕੁਛ ਕਹਿੰਦੇ ਆ ਕਿ ਸਿੱਖ 'ਤੇ ਜਰ ਜੰਮਦੀ ਸੈਕੂਲਰ ਨੇ, ਸਿੱਖ 'ਤੇ ਇੱਕ ਮਤਲਬ ਬਹੁਤੇ ਲੋਕ ਕਹਿੰਦੇ ਇੰਟਰਪਨੋਰ ਕੌਮ ਆ, ਐਂ ਵੀ ਕਿਹਾ ਜਾਂਦਾ ਹੁਣ ਅੱਜ ਕੱਲ੍ਹ, ਹੈ ਨਾ। ਇਹ ਆਪਾਂ ਕਿਹੜੇ ਕੰਮਾਂ 'ਚ ਪਏ ਹੋਏ ਹਾਂ, ਆਪਣੀ ਕੌਮ ਦਾ ਜਦੋਂ ਤੱਕ ਵਿਕਾਸ ਨਹੀਂ ਹੁੰਦਾ, ਜਦੋਂ ਤੱਕ ਸਾਡੀ ਕੌਮ ਪੂਰੀ ਦੁਨੀਆ 'ਚ ਖੜੀ ਨਹੀਂ ਹੁੰਦੀ ਇਕਨੋਮਿਕ ਤੌਰ ਦੇ ਉੱਤੇ, ਬਾਕੀ ਜਿਹੜੇ ਫਰੰਟਾਂ ਦੇ ਉੱਤੇ, ਅਸੀਂ ਕਿਹੜੇ ਕੰਮਾਂ, ਇਸ ਤਰ੍ਹਾਂ ਦਾ ਵੀ ਇੱਕ ਵਿਊ ਹੈਗਾ। ਹੁਣ ਆਪਾਂ ਉਹਨਾਂ ਨੂੰ ਵੀ ਸਿੱਖ ਕੈਟਾਗਰੀ 'ਚੋਂ ਬਾਹਰ ਕਰ ਸਕਦੇ ਹਾਂ ਜਾਂ ਫਿਰ ਹੁਣ ਇਹ ਵੀ ਇੱਕ ਥੋਟ ਆ? ਮੈਂ ਉਹਨਾਂ ਨਾਲ ਸਹਿਮਤ ਨਹੀਂ ਗਾ, ਮੈਂ ਨਹੀਂ ਸਮਝਦਾ ਵੀ ਸਿੱਖ ਆ ਜਿਹੜੇ ਉਹ ਫੰਡਾਮੈਂਟਲੀ ਸੈਕੂਲਰ ਨੇ। ਉਹਨਾਂ ਨੂੰ ਜਿਹੜੇ ਲੋਕ ਇਹ ਕਹਿੰਦੇ ਆ, ਉਹਨਾਂ ਨੂੰ ਸੈਕੂਲਰਿਜ਼ਮ ਦੀ ਡੈਫੀਨੇਸ਼ਨ ਹੀ ਨਹੀਂ ਪਤਾ, ਉਹ ਸੈਕੂਲਰਿਜ਼ਮ ਕੁਛ ਹੋਰ ਸਮਝੀ ਜਾਂਦੇ, ਉਹ ਸਮਝੀ ਜਾਂਦੇ ਆ ਵੀ ਸੈਕੂਲਰਿਜ਼ਮ ਬਹੁਤ ਵਧੀਆ ਚੀਜ਼ ਹੈ। ਸੈਕੂਲਰਿਜ਼ਮ ਤਾਂ ਵੈਸਟ ਦਾ ਇੱਕ ਧੋਖਾ ਸੀ ਜਿਹੜਾ ਉਹਨੇ ਆਪਦੀ ਮੋਰਲ ਲਜਿਟੀਮੇਸੀ ਦੁਨੀਆ ਦੇ ਉੱਤੇ ਸਥਾਪਿਤ ਕਰਨ ਵਾਸਤੇ, ਆਪਦਾ ਕਲੋਨੀਅਲ ਰੂਲ ਉਹਨੂੰ ਜਾਇਜ਼ ਸਾਬਤ ਕਰਨ ਵਾਸਤੇ ਲੋਕਾਂ ਨਾਲ ਕੀਤਾ ਧੋਖਾ, ਉਹ ਧੋਖੇ ਦਾ ਨਾਂ ਸੈਕੂਲਰਿਜ਼ਮ ਹੈ। ਅਸਲ ਦੇ ਵਿੱਚ ਸੈਕੂਲਰਿਜ਼ਮ ਕਿੱਥੇ ਸੀਗਾ? ਅੱਜ ਵੀ ਹੈ ਨਹੀਂ ਗਾ, ਅੱਜ ਵੀ ਉਹ ਵੱਖੋ ਵੱਖਰੇ ਰੂਪਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਆ ਜਿਹੜੀ ਉਹ ਚੱਲਦੀ ਰਹਿੰਦੀ ਹੈ। ਇਸ ਗੱਲ ਨੂੰ ਕਈ ਲੋਕੀ ਨਹੀਂ ਸਮਝਦੇ, ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਸਮਝਣਾ ਚਾਹੀਦਾ। ਭਾਈ ਬਲਦੀਪ ਸਿੰਘ ਇੱਕ ਟਰਮ ਵਰਤਦੇ ਨੇ ਕਲੋਨੀਅਲ ਸਿੱਖ, ਉਹ ਕਹਿੰਦੇ ਆ ਉਹ ਆਪਦਾ ਪੁਰਾਣੀ ਹਿਸਟਰੀ ਦੱਸਦੇ ਆ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਸਾਡੇ ਪੁਰਖੇ ਰਹੇ, ਅਤੇ ਅਸਲ 'ਚ ਜਿਹੜੀ ਪੁਰਾਣੀ ਵਿੱਦਿਆ ਸੀ, ਜਿਹੜੀ ਮੇਰੇ ਸ਼ਬਦ ਨਹੀਂ ਯਾਦ ਆ ਰਿਹਾ ਕਿ ਉਹ ਵਿੱਦਿਆ ਹੀ ਅਸਲ ਵਿੱਦਿਆ ਸੀ, ਜਿਹੜੀ ਸਾਰੀ ਵਿੱਦਿਆ ਦਾ ਮਾਡਲ ਆਇਆ, ਇਹਨੇ ਸਿੱਖ ਨੂੰ ਕੋਲੋਨਾਈਜ਼ ਕਰਤਾ, ਕੋਲੋਨਾਈਜ਼ ਸਿੱਖ ਆ, ਜਿਹੜੇ ਮਾਡਰਨ ਸਿੱਖ ਆ ਕੋਲੋਨਾਈਜ਼ ਸਿੱਖ ਆ। ਦੇਖੋ ਸੰਪਰਦਾਇ ਵਿੱਦਿਆ ਜਿਹੜੀ ਪੁਰਾਣੀ ਵਿੱਦਿਆ ਸੀਗੀ ਉਹਨੂੰ ਸੰਪਰਦਾਇ ਵਿੱਦਿਆ ਕਹਿੰਦੇ ਆ, ਉਹ ਸੰਪਰਦਾਇ ਵਿੱਦਿਆ ਜਿਵੇਂ ਹੁਣ ਦਮਦਮੀ ਟਕਸਾਲ ਹੈ, ਟਕਸਾਲ ਸੰਪਰਦਾਇ ਨੂੰ ਇੱਕ ਸ਼ਬਦ ਵੀ ਵਰਦਿਆ, ਉਦੋਂ ਦੇ ਵਿਦਿਆਲਿਆਂ ਲਈ ਇੱਕ ਸ਼ਬਦ ਵਰਦਿਆ, ਮੇਰੇ ਯਾਦ ਨਹੀਂ ਆ ਰਿਹਾ ਹੁਣ। ਹਾਂਜੀ, ਜਿਹੜੀ ਟਕਸਾਲ ਹੈ, ਟਕਸਾਲ ਹੁੰਦੀ ਹੈ ਜਿੱਥੇ ਸਿੱਕੇ ਘੜੇ ਜਾਂਦੇ ਆ। ਸੋ ਸਿੱਖਾਂ ਦੀ ਜਿਹੜੀ ਵਿੱਦਿਅਕ ਸੰਸਥਾ ਦਮਦਮੀ ਟਕਸਾਲ, ਉੱਥੇ ਜਿੱਥੇ ਬੰਦੇ ਦਾ ਮਨ, ਉਹਦੀ ਪਰਸਨੈਲਿਟੀ ਘੜੀ ਜਾਂਦੀ ਹੈ। ਸੋ ਉਹ ਜਿੰਨਾ ਚਿਰ ਤਾਂ ਉਹ ਇੰਡੀਪੈਂਡੈਂਟਲੀ ਸਟੇਟ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਫੰਕਸ਼ਨ ਕਰਦੀ ਰਹੀ, ਉਹਨਾਂ ਚਿਰ ਤਾਂ ਉਹਦੀ ਫੰਕਸ਼ਨਿੰਗ ਠੀਕ ਰਹੀ। ਜਦੋਂ ਸਟੇਟ ਦਾ ਜ਼ੋਰ ਜ਼ਿਆਦਾ ਪੈ ਗਿਆ, ਸਟੇਟ ਦੀ ਉਹਦੇ 'ਚ ਇੰਟਰਵੈਂਸ਼ਨ ਜ਼ਿਆਦਾ ਵੱਧ ਗਈ, ਹੁਣ ਉਹਦੀ ਫੰਕਸ਼ਨਿੰਗ ਆ ਜਿਹੜੀ ਉਹ ਠੀਕ ਨਹੀਂ ਚੱਲ ਰਹੀ। ਦੂਜੀ ਗੱਲ, ਕੋਲੋਨਾਈਜੇਸ਼ਨ ਆ ਜਿਹੜੀ ਉਹ ਬਹੁਤ ਵੱਡਾ ਵਰਤਾਰਾ, ਕੋਈ ਵੀ ਕੌਮ ਇਹ ਕਲੇਮ ਨਹੀਂ ਕਰ ਸਕਦੀ ਵੀ ਸਾਡੇ ਕਿਸੇ ਵੀ ਹਿੱਸੇ 'ਤੇ ਕੋਲੋਨਾਈਜੇਸ਼ਨ ਦਾ ਅਸਰ ਨਹੀਂ ਪਿਆ। ਬਿਲਕੁਲ ਸਿੱਖਾਂ 'ਤੇ ਵੀ ਕੋਲੋਨਾਈਜੇਸ਼ਨ ਦਾ ਅਸਰ ਪਿਆ, ਪਰ ਜਿਹੜੀ ਤੇਰੇ ਗੱਲ ਕਹਿੰਦੀ ਹੈ
ਉਹ ਅਸਲ ਦੇ ਵਿੱਚ ਸਿੱਖਾਂ ਦੇ ਸੰਘਰਸ਼ ਨੂੰ ਡੀਲੀਜਿਟੀਮਾਈਜ਼ ਕਰਨ ਵਾਸਤੇ ਇਹ ਗੱਲ ਲਿਆ ਰਹੀ ਹੈ। ਜਿਹੜਾ ਸੰਘਰਸ਼ 1984 ਤੋਂ ਲੜਿਆ ਗਿਆ ਉਹ ਧਿਰ ਜਿਹੜੀ ਲੜ ਰਹੀ ਸੀ ਉਹ ਥੋੜੀ ਕੋਲੋਨਾਈਜ਼ ਸਿੱਖ ਨੂੰ ਰੈਪ੍ਰੈਜੈਂਟ ਕਰਦੀ ਸੀ, ਕੋਲੋਨਾਈਜ਼ ਸਿੱਖੀ ਨੂੰ ਤਾਂ ਉਹ ਧਿਰ ਰੈਪ੍ਰੈਜੈਂਟ ਕਰਦੀ ਸੀ ਜਿਹੜੀ ਸਟੇਟ ਨਾਲ ਖੜੀ ਸੀ। ਸੋ ਇੱਥੇ ਇਹ ਟ੍ਰਿਕ ਹੈ ਨਾ ਜਿਹੜੀ, ਇਹ ਗੱਲ ਸਮਝ ਹੀ ਨਹੀਂ ਗਈ ਗੀ ਬਹੁਤ ਲੋਕਾਂ ਤੋਂ, ਇਹ ਗੱਲ ਆਰਟੀਕੂਲੇਟ ਵੀ ਨਹੀਂ ਹੋਈ ਕਿ ਯੈਸ ਇੱਕ ਹਿੱਸਾ ਕੋਲੋਨਾਈਜ਼ ਹੋਇਆ, ਮੈਂ ਇਹ ਗੱਲ ਮੰਨਦਾ, ਪਰ ਉਹ ਹਿੱਸਾ ਪਹਿਲਾਂ ਬ੍ਰਿਟਿਸ਼ ਹਕੂਮਤ ਦੇ ਹੱਕ ਚ ਭੁਗਤਦਾ ਰਿਹਾ, ਬਾਅਦ ਚ ਇੰਡੀਅਨ ਸਟੇਟ ਦੇ ਹੱਕ ਚ ਭੁਗਤਦਾ ਰਿਹਾ। ਜਿਹੜੇ ਬਗਾਵਤ ਕਰਨ ਵਾਲੇ ਆ ਉਹ ਅਸਲੀ ਸਿੱਖੀ ਦੇ ਦਾਅਵੇਦਾਰ ਨੇ, ਅਸਲੀ ਸਿੱਖੀ ਨੂੰ ਰੈਪ੍ਰੈਜੈਂਟ ਕਰਦੇ, ਤੇ ਅੱਜ ਵੀ ਜਿਹੜੇ ਬਗਾਵਤ ਕਰ ਰਹੇ ਆ ਉਹ ਅਸਲੀ ਸਿੱਖੀ ਨੂੰ ਰੈਪ੍ਰੈਜੈਂਟ ਕਰਦੇ ਨੇ, ਤੇ ਇਹਨਾਂ ਨੂੰ ਇਹ ਗੱਲ ਮੰਨਣੀ ਚਾਹੀਦੀ। ਪਰ ਕੁਛ ਬੰਦੇ ਇਹ ਵੀ ਕਹਿੰਦੇ ਆ ਕਿ ਸਿੱਖਾਂ ਦੇ ਕੋਲ ਟਾਈਮ ਬਹੁਤ ਥੋੜ੍ਹਾ ਰਿਹਾ ਕਿਸੇ ਵੀ ਮੌਕੇ ਪੜ੍ਹਨ ਦਾ, ਹੈ ਨਾ, ਹਮੇਸ਼ਾ ਸੰਘਰਸ਼ੀ ਰਹੇ, ਹਮੇਸ਼ਾ ਪੰਗੇ ਹੀ ਪੈਂਦੇ ਰਹੇ। ਕਹਿੰਦੇ ਟੈਕਟੀਕਲੀ ਸਮਝੌਤੇ ਕਿਉਂ ਨਹੀਂ ਹੋ ਸਕਦੇ, ਹਰੇਕ ਨਾਲ ਪੰਗੇ ਹੀ ਲੈਣਾ ਗਾ, ਹਰੇਕ ਨਾਲ ਪੰਗੇ ਹੀ ਲਈ ਰੱਖੋ, ਕੌਮ ਦਾ ਵਿਕਾਸ ਨਹੀਂ ਹੁੰਦਾ ਹੈ। ਮਤਲਬ ਇਹ ਵੀ ਇੱਕ ਥਾਟ ਹੈਗਾ, ਇਹ ਵੀ ਇੱਕ ਥਾਟ ਹੈ। ਚਾਹੇ ਕਹਿੰਦੇ ਟੈਕਟੀਕਲ ਸਮਝੌਤੇ ਹੀ ਕਰੋ ਸਟੇਟ ਦੇ ਨਾਲ, ਹਰੇਕ ਜਿਹੜਾ ਵੀ ਆ ਗਿਆ, ਜੇ ਸੈਂਟਰ 'ਚ ਬੀਜੇਪੀ ਆ ਗਈ, ਕਾਂਗਰਸ ਆ ਗਈ, ਸਟੇਟ ਵੀ ਹਰੇਕ ਪੰਗੇ ਹੀ ਲਈ ਰੱਖੋ, ਤਾਂ ਕੌਮ ਦਾ ਵਿਕਾਸ ਉਹਦੇ 'ਚੋਂ ਰੁਕ ਜਾਂਦਾ ਗਾ, ਜਿਹੜਾ ਪੜ੍ਹਨ ਲਿਖਣ ਦੇ ਸਿਲਸਿਲੇ ਰੁਕ ਜਾਂਦੇ ਨੇ, ਕੌਮ ਦੀ ਤਰੱਕੀ ਰੁਕ ਜਾਂਦੀ ਹੈ। ਦੇਖੋ ਜਿਹੜੀ ਕਿਸੇ ਕੌਮ ਦੀ ਸਿਵਿਲਾਈਜੇਸ਼ਨਲ ਡਿਵੈਲਪਮੈਂਟ ਹੈ ਉਹ ਉਦੋਂ ਹੁੰਦੀ ਹੈ ਜਦੋਂ ਉਹ ਕੌਮ ਆਪਦਾ ਐਮਪਾਇਰ ਸਥਾਪਿਤ ਕਰ ਲੈਂਦੀ ਹੈ। ਐਮਪਾਇਰ ਤੋਂ ਭਾਵ ਹੈ ਉਹ ਆਪਦੇ ਆਲੇ ਦੁਆਲੇ ਜਿਹੜੇ ਰਾਜ ਹੈ, ਜਿਹੜੇ ਮੁਲਕ ਹੈ ਆਲੇ ਦੁਆਲੇ, ਉਹਨਾਂ 'ਤੇ ਇਹੋ ਜਿਹਾ ਉਹਦਾ ਦਬਦਬਾ ਪੈਦਾ ਹੋ ਜਾਂਦਾ ਕਿ ਉਹ ਖਤਰਾ ਨਹੀਂ ਰਹਿੰਦੇ ਆਲੇ ਦੁਆਲੇ ਵਾਲੀਆਂ ਤਾਕਤਾਂ ਉਹਦੇ ਵਾਸਤੇ। ਉਦੋਂ ਫਿਰ ਉਹਨੂੰ ਸਪੇਸ ਮਿਲਦੀ ਹੈ ਕਿ ਉਹ ਆਪਦੀ ਸਿਵਿਲਾਈਜੇਸ਼ਨ, ਆਪਦੀਆਂ ਆਰਟ, ਆਪਦਾ ਲਿਟਰੇਚਰ, ਆਪਦਾ ਫਲਸਫਾ, ਉਹ ਸਾਰਾ ਕੁਛ ਆਪਦਾ ਡਿਵੈਲਪ ਕਰੇ। ਸਿੱਖਾਂ ਕੋਲੇ ਇਹੋ ਜਿਹਾ ਕੋਈ ਮੌਕਾ ਨਹੀਂ ਮਿਲਿਆ। ਜਿਹੜੇ ਲੋਕੀ ਜਿਵੇਂ ਇੱਕ ਮੈਂ ਛੋਟਾ ਜਿਹਾ ਰੈਫਰੈਂਸ ਦੇਣਾ, ਜਿਵੇਂ ਕਿਹਾ ਜਾਂਦਾ ਕਿ ਸਮਝੌਤੇ ਤਾਂ ਗੁਰੂ ਸਾਹਿਬ ਦੇ ਟਾਈਮ ਤੋਂ ਲੈ ਕੇ ਜਿਹੜੇ ਵੀ ਅੱਗੇ ਸਾਡੇ ਜਿੰਨੇ ਵੀ, ਚਾਹੇ ਮਹਾਰਾਜ ਰਣਜੀਤ ਸਿੰਘ ਦਾ ਦੌਰ ਹੈ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਦੌਰ ਹੈ, ਜਿਹੜੇ ਵਕਤੀ ਸਮਝੌਤੇ ਆ ਉੱਥੇ ਵੀ ਹੁੰਦੇ ਰਹੇ ਨੇ, ਹਿਸਟਰੀ ਆ ਸਾਡੀ ਇਹ। ਕੀ ਕਿਹਾ ਜਾਂਦਾ ਕਿ ਆਪਾਂ ਇੰਨਾ ਜਦੋਂ ਬਹੁਤ ਹੀ ਜ਼ਿਆਦਾ ਉਹ ਹੋ ਜਾਂਦੇ ਹਾਂ ਸਿਨੀਕਲ, ਵੀ ਬਹੁਤ ਸਾਰੇ ਸਮਝੌਤੇ ਹੁੰਦੇ ਰਹੇ ਆ ਉਦੋਂ ਵੀ ਸਟੇਟ ਨਾਲ, ਜਿਹੜੀ ਵੀ ਸਟੇਟ ਸੀ ਉਦੋਂ। ਦੇਖੋ ਜਿਹੜਾ ਸਮਝੌਤਿਆਂ ਤੋਂ ਪਹਿਲੀ ਤਾਂ ਗੱਲ, ਕਿਸੇ ਵੀ ਸਿੱਖ ਧਿਰ ਨੇ ਕਦੇ ਇਹ ਗੱਲ ਕਹੀ ਨਹੀਂ ਬਈ ਅਸੀਂ ਕਿਸੇ ਵੀ ਤਰ੍ਹਾਂ ਦੀ ਟੇਬਲ ਟਾਕ ਤੋਂ ਇਨਕਾਰੀ ਹੈ। ਇਹ ਗੱਲ ਇਹਨਾਂ ਨੇ ਆਪੇ ਬਣਾਈ ਹੋਈ ਹੈ, ਕਿਸੇ ਸਿੱਖ ਧਿਰ ਨੇ ਤਾਂ ਕਹੀ ਨਹੀਂ। ਜੇ ਸਰਕਾਰ ਗੱਲ ਕਰਨਾ ਚਾਹੁੰਦੀ ਹੈ ਤਾਂ ਕਰੀ ਜਾਵੇ, ਕਰ ਲਵੇ, ਪਰ ਗੱਲ ਤਾਂ ਇਹ ਹੈ ਨਾ ਵੀ ਸਿੱਖਾਂ ਦੀ ਪੋਜੀਸ਼ਨ ਇੰਨੀ ਮਾਰਜਨਲਾਈਜ਼ਡ ਹੈ ਵੀ ਸਰਕਾਰ ਗੱਲ ਹੀ ਨਹੀਂ ਕਰਨਾ ਚਾਹੁੰਦੀ। ਸਿੱਖ ਤਾਂ ਆਪਦੇ ਸਰਵਾਈਵਲ ਵਾਸਤੇ ਲੜ ਰਹੇ ਆ, ਤੇ ਉਹ ਸਰਵਾਈਵਲ ਦੀ ਲੜਾਈ ਹੈ ਜਿਹੜੀ, ਉਹਦੇ ਵਿੱਚ ਤੁਸੀਂ ਆਪ ਹੀ ਢਿੱਲੇ ਪੈ ਕੇ ਕਿਸੇ ਤਾਕਤ ਦੀਆਂ ਲੇਲੜੀਆਂ ਥੋੜੀ ਕੱਢ ਸਕਦੇ ਆ ਕਿ ਸਾਡੇ ਨਾਲ ਗੱਲਬਾਤ ਕਰੋ। ਉਹ ਤਾਂ ਤੁਸੀਂ ਜਿਵੇਂ ਜਿਵੇਂ ਤੁਹਾਡੀ ਪਾਵਰ ਵੱਧਦੀ ਜਾਊਗੀ, ਸਟੇਟ ਦੀ ਮਜਬੂਰੀ ਬਣ ਜਾਊਗੀ ਤੁਹਾਡੇ ਨਾਲ ਗੱਲ ਕਰਨੀ, ਫਿਰ ਗੱਲ ਹੋ ਵੀ ਸਕਦੀ ਹੈ। ਅੱਛਾ ਇੱਕ ਗੱਲ ਇਹ ਆਉਂਦੀ ਹੈ, ਜਿਹੜੇ ਤੁਸੀਂ ਬਾਹਰ ਜਿੰਨੇ ਬੈਠੇ ਹੋਗੇ ਤੁਹਾਨੂੰ ਲਿਖਦੇ ਵੀ ਰਹਿੰਦੇ ਆ ਲੋਕ, ਤੁਹਾਨੂੰ ਖੁਦ ਨੂੰ ਪਤਾ ਹੋਊ ਇਹ ਗੱਲ, ਉਹ ਕਹਿੰਦੇ ਬਾਹਰ ਬਹਿ ਕੇ ਡਿਕਟੇਟ ਕਰੀ ਜਾਂਦੇ ਨੇ, ਇੱਥੋਂ ਵਾਲਿਆਂ ਦੇ ਪੰਗੇ ਪਵਾਈ ਰੱਖਦੇ ਆ ਇਹ, ਹੈ ਨਾ, ਇਹ ਤਾਂ ਬਾਹਰ ਸੈਟਲਡ ਨੇ, ਇਹਨਾਂ ਦਾ ਤਾਂ ਕਦੇ ਕੋਈ ਨਾ ਇਕਨੋਮਿਕ ਨੁਕਸਾਨ ਹੋਣਾ, ਨਾ ਫਿਜ਼ੀਕਲ ਨੁਕਸਾਨ ਹੋਣਾ, ਨਾ ਮੈਂਟਲੀ ਨੁਕਸਾਨ ਹੋਣਾ। ਇੱਥੇ ਨਵੇਂ ਮੁੰਡਿਆਂ ਨੂੰ ਬਾਹਰ ਵਾਲੇ ਜਿਹੜੇ ਆ ਡਿਕਟੇਟ ਕਰਦੇ ਆ, ਤੁਹਾਡੇ ਬਾਰੇ, ਇਕੱਲਿਆਂ ਬਾਰੇ ਨਹੀਂ, ਬਹੁਤ ਸਾਰੇ ਲੋਕਾਂ ਬਾਰੇ ਕਿਹਾ ਜਾਂਦਾ, ਤੁਹਾਡੇ ਦੋਨੇ ਭਰਾਵਾਂ ਬਾਰੇ ਵੀ ਕਹਿੰਦਾ ਵੀ ਆ ਜਾਓ ਇੱਥੇ ਆ ਜਾਓ। ਦੇਖੋ ਜਦੋਂ ਕਿਸਾਨ ਮੋਰਚਾ ਲੱਗਿਆ ਤੇ ਸਾਰੀ ਦੁਨੀਆ ਭਾਰਤ ਦੇ ਵਿੱਚ ਲੋਕਾਂ ਨੇ ਮੁਜ਼ਾਹਰੇ ਕੀਤੇ, ਉਹਨਾਂ ਨੂੰ ਕਿਸੇ ਨੇ ਕਿਹਾ ਵੀ ਬਾਹਰ ਬੈਠੇ ਰੌਲਾ ਪਾਈ ਜਾਂਦੇ ਇੱਥੇ ਆਓ, ਕਿਸੇ ਨੇ ਨਾ ਕਿਹਾ, ਸਾਰਿਆਂ ਨੇ ਕਿਸਾਨ ਮੋਰਚੇ ਦੀ ਸਟੇਜ ਤੋਂ ਉਹਨਾਂ ਨੇ ਕਿਹਾ ਤੁਹਾਡੇ ਵਾਸਤੇ ਦੁਨੀਆ ਭਾਰਤ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਮੁਜ਼ਾਹਰੇ ਹੋ ਰਹੇ ਆ, ਤੇ ਬਹੁਤ ਵਧੀਆ ਗੱਲ ਹੈ, ਕਿਸਾਨ ਮੋਰਚੇ ਦੀ ਸਟੇਜ ਤੋਂ ਆਗੂਆਂ ਨੇ ਇਹ ਗੱਲ ਕਹੀ ਆ। ਸੋ ਇਹ ਸਾਡੇ ਵਾਸਤੇ ਕਿਉਂ ਬਈ, ਜਿਹੜੀ ਇਹ ਲਾਈਨ ਆਫ ਥਿੰਕਿੰਗ ਹੈ, ਜਿਹੜਾ ਇਹ ਦੋਸ਼ ਹੈ, ਇਹ ਸਾਡੇ ਵਾਸਤੇ ਕਿਉਂ? ਜਦੋਂ ਸਿੱਖੀ ਦੀ ਗੱਲ ਕਰਦੇ ਆ, ਇੱਥੇ ਇੱਕ ਵਾਰੀ ਮੋਦੀ ਆਇਆ ਵੈਨਕੂਵਰ ਦੇ ਵਿੱਚ, ਅਸੀਂ ਉੱਥੇ ਮੁਜ਼ਾਹਰਾ ਕਰਨ ਗਏ ਤੇ ਉੱਥੇ ਲੈਫਟ ਵਾਲੇ ਵੀ ਆ ਗਏ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਅੱਜ ਦੱਸੋ, ਜਦੋਂ ਤੁਸੀਂ ਸਾਨੂੰ ਕਹਿੰਦੇ ਆ ਵੀ ਖਾਲਿਸਤਾਨੀ ਉੱਥੇ ਪੰਜਾਬ 'ਚ ਜਾ ਕੇ ਕਰਨ, ਹੁਣ ਕੀ ਕਰਨਾ ਹੈ ਇੱਥੇ? ਮੋਦੀ ਖਿਲਾਫ਼ ਮੁਜ਼ਾਹਰਾ, ਫਿਰ ਤੁਸੀਂ ਜਾਓ ਇੰਡੀਆ 'ਚ, ਉੱਥੇ ਜਾ ਕੇ ਕਰੋ। ਸੋ ਇਹ ਗੱਲ ਆ ਕਿ ਜਿੱਥੇ ਵੀ ਤੁਸੀਂ ਬੈਠੇ ਆ, ਤੁਸੀਂ ਸੰਘਰਸ਼ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਆ। ਡਾਇਆਸਪੋਰਾ ਹਰ ਸੰਘਰਸ਼ ਦਾ ਇੱਕ ਬਹੁਤ ਅਹਿਮ ਅੰਗ ਹੁੰਦਾ, ਕਸ਼ਮੀਰੀ ਡਾਇਆਸਪੋਰਾ। ਤੁਸੀਂ ਕਿਸੇ, ਮੈਂ ਪ੍ਰਭਸ਼ਰਨ ਵੀਰ, ਜਦੋਂ ਤੁਸੀਂ ਕਿਸੇ ਨੈਰੇਟਿਵ ਦੇ ਸਭ ਤੋਂ ਅਹਿਮ ਬੰਦੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋਵੋ, ਜਦੋਂ ਤੁਸੀਂ ਉਹ ਨੈਰੇਟਿਵ ਨੂੰ ਡਿਕਟੇਟ ਕਰ ਰਹੇ ਹੋਵੋ, ਜੇ ਮੈਂ ਤੁਹਾਡੇ ਬਾਰੇ ਕਹਿਣਾ ਗਾ, ਤਾਂ ਫਿਰ ਇਹ ਹੁੰਦਾ ਗਾ, ਮੰਨ ਲਓ ਜਦੋਂ ਕੋਈ, ਮੰਨ ਲਓ ਜਥੇਬੰਦੀ ਹੁਣ, ਤੁਸੀਂ ਵਾਰਸ ਪੰਜਾਬ ਦੀ ਜਥੇਬੰਦੀ ਤੋਂ ਮੁੰਡਾ ਜਦੋਂ ਬਾਹਰੋਂ ਆਇਆ ਅੰਮ੍ਰਿਤਪਾਲ, ਉਹਦੇ 'ਤੇ ਵੀ ਰੌਲਾ ਪਿਆ ਹੈ, ਤਾਂ ਉਦੋਂ ਇਹ ਫਰਜ਼ ਬਣਦਾ ਹੁੰਦਾ ਕਿ ਜਦੋਂ ਜਥੇਬੰਦੀ ਚਲਾਉਣੀ ਹੈ, ਜਦੋਂ ਸਭ ਤੋਂ ਮੇਜਰ ਨੈਰੇਟਿਵ ਡਿਕਟੇਟ ਕਰਨਾ, ਫਿਰ ਉਹ ਹੋ ਸਕਦਾ ਬਾਹਰ ਬਹਿ ਕੇ ਜਾਂ ਫਿਰ ਉਹ ਇੱਥੇ ਬਹਿ ਕੇ
ਇੱਥੇ ਹੋਊਗਾ। ਦੇਖੋ ਜੇ ਤਾਂ ਤੁਹਾਡੀ ਲੜਾਈ ਸਾਰੀ ਨੈਰੇਟਿਵ ਦੀ ਹੈ, ਜੇ ਤਾਂ ਤੁਸੀਂ ਨੈਰੇਟਿਵ ਹੀ ਖੜਾ ਕਰ ਰਹੇ ਹੋ ਤਾਂ ਦੁਨੀਆਂ 'ਚ ਕਿਤੇ ਵੀ ਬਹਿ ਕੇ ਹੋ ਸਕਦਾ। ਜੇ ਤੁਸੀਂ ਗਰਾਊਂਡ ਤੇ ਮਾਸ ਮੂਵਮੈਂਟ ਖੜੀ ਕਰਨੀ ਚਾਹੁੰਦੇ ਆ, ਫਿਰ ਉਹਦੇ ਵਾਸਤੇ ਪੰਜਾਬ ਆਉਣਾ ਹੀ ਪਊਗਾ। ਜੇ ਤੁਸੀਂ ਉਹਦੇ ਵਿੱਚ ਮੁੱਢੀ ਰੋਲ ਨੈਰੇਟਿਵ ਕਾਹਦੇ ਵਾਸਤੇ ਆ, ਨੈਰੇਟਿਵ ਇਸੇ ਵਾਸਤੇ ਆ ਨਾ ਕਿ ਮਾਸ ਮੂਵਮੈਂਟ ਖੜੀ ਕਰਨੀ ਆ। ਮੈਂ ਤਾਂ ਕਹਿ ਰਿਹਾ, ਦੇਖੋ ਜਿਹੜੀ ਜਥੇਬੰਦੀ ਨੂੰ ਜੇ ਮੈਂ ਕਵਾਂ ਕਿ ਜਥੇਬੰਦੀ ਨੂੰ ਮੈਂ ਕੰਟਰੋਲ ਕਰਾਂ ਪਰ ਜਥੇਬੰਦੀ ਕੰਮ ਪੰਜਾਬ 'ਚ ਕਰੇ ਤੇ ਮੈਂ ਬਾਹਰ ਬੈਠਾ ਰਹਾਂ, ਉਹ ਗਲਤ ਆ। ਪਰ ਦੇਖੋ ਸਾਡਾ ਤਾਂ ਇਹ ਕੰਮ ਹੀ ਨਹੀਂ ਨਾ, ਅਸੀਂ ਤਾਂ ਲੋਕਾਂ ਨੂੰ ਸਿਰਫ ਇਹੀ ਕਹਿੰਦੇ ਹਾਂ ਵੀ ਤੁਸੀਂ ਪੜ੍ਹੋ, ਆਪਦੀ ਤਿਆਰੀ ਕਰੋ। ਜਿਵੇਂ ਸਿੱਖ ਫੋਰ ਜਸਟਿਸ ਬਾਰੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਬਾਹਰੋਂ ਬਹਿ ਕੇ ਉਹਨਾਂ ਦੀ ਮਤਲਬ ਇਹ ਖਾਲਸਾਈ ਧਿਰਾਂ 'ਚ ਉਹਨਾਂ ਦੀ ਆਲੋਚਨਾ ਹੁੰਦੀ ਹੈ, ਜਿਵੇਂ ਸਿਮਰਜੀਤ ਮਾਨ ਨੇ ਆਲੋਚਨਾ ਕੀਤੀ ਹੈ ਉਹਨਾਂ ਦੀ ਕਿ ਜੀ ਉਹ ਇੱਥੇ ਆ ਕੇ ਕਰਨ, ਫਿਰ ਜੇ ਕਰਨਾ ਗਾ ਅਸੀਂ ਤਾਂ ਇੱਥੇ ਬੈਠੇ ਹਾਂ ਕਰ ਰਹੇ ਹਾਂ, ਇਹ ਸਿਮਰਜੀਤ ਮਾਨ ਦੇ ਬਿਆਨ ਨੇ। ਨਹੀਂ ਠੀਕ ਹੈ, ਇਹ ਗੱਲ ਠੀਕ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਜਿਹਨੇ ਗਰਾਊਂਡ ਲੈਵਲ 'ਤੇ ਕੰਮ ਕਰਨਾ, ਉਹ ਜਿਹੜੀ ਧਿਰ ਪੰਜਾਬ ਦੇ ਵਿੱਚ ਬੈਠੀ ਹੈ ਉਹਦੀ ਜ਼ਿਆਦਾ ਸੇਚ ਚਾਹੀਦੀ ਹੈ ਗੱਲ ਦੇ ਵਿੱਚ। ਬਾਹਰੋਂ ਨੂੰ ਦੇਖੋ, ਜਦੋਂ ਬਰਗਾੜੀ ਮੋਰਚਾ ਲੱਗਿਆ ਮੈਂ ਉਦੋਂ ਵੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਵੀ ਸਾਡਾ ਰੋਲ ਸਿਰਫ ਸਪੋਰਟਿੰਗ ਹੈ, ਸਾਡਾ ਰੋਲ ਡਿਸੀਜਨ ਮੇਕਿੰਗ ਦਾ ਨਹੀਂ ਗਾ। ਡਿਸੀਜਨ ਮੇਕਿੰਗ ਜਿਹੜੇ ਉੱਥੇ ਗਰਾਊਂਡ 'ਤੇ ਬੰਦੇ ਬੈਠੇ ਆ ਉਹਨਾਂ ਕੋਲ ਰਹਿਣੀ ਚਾਹੀਦੀ ਹੈ। ਜਦੋਂ ਡਿਸੀਜਨ ਮੇਕਿੰਗ ਅਸੀਂ ਰਿਮੋਟ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ ਜੇ ਬਾਹਰੋਂ ਬਹਿ ਕੇ, ਉਹ ਗਲਤ ਹੈ। ਪਰ ਜੇ ਅਸੀਂ ਸਪੋਰਟ ਦੇਣ ਦੀ ਕੋਸ਼ਿਸ਼ ਕਰੀਏ ਉਹ ਕਿਵੇਂ ਗਲਤ? ਉਹ ਤਾਂ ਕਿਵੇਂ ਵੀ ਨਹੀਂ ਗਲਤ। ਸਾਰੀ ਦੁਨੀਆਂ ਦਾ ਡਾਇਸਪੋਰਾ ਜਿਹੜਾ ਫਲਸਤੀਨੀ ਡਾਇਸਪੋਰਾ, ਕਸ਼ਮੀਰੀ ਡਾਇਸਪੋਰਾ ਬਾਹਰ ਬਹਿ ਕੇ ਸਪੋਰਟ ਕਰਦਾ ਆਪਣੀਆਂ ਲਹਿਰਾਂ ਦੀ, ਉਹਦੇ 'ਚ ਕੀ ਗਲਤ? ਤਮਿਲ ਵੀ ਕਰਦੇ ਰਹੇ ਆ। ਮੇਰਾ ਲਾਸਟ ਸਵਾਲ ਆ ਤੁਹਾਨੂੰ ਇਹ, ਪ੍ਰਫੈਸਰ ਵੀਰੇ ਕਿਹਾ ਜਾਂਦਾ ਦੁਨੀਆ 'ਚ, ਮਤਲਬ ਜਿੰਨਾ ਕੁ ਚਲੋ ਤੁਸੀਂ ਬਹੁਤ ਪੜ੍ਹਨ ਲਿਖਣ ਵਾਲੇ ਹੋ, ਥੋੜ੍ਹਾ ਬਹੁਤਾ ਮੇਰਾ ਵੀ ਇੰਟਰਸਟ ਰਿਹਾ ਹਮੇਸ਼ਾ ਚੀਜ਼ਾਂ ਨੂੰ ਜਾਣਨ ਦਾ, ਜਾਂ ਤਾਂ ਕਿਹਾ ਜਾਂਦਾ ਬੰਦਾ ਬਹੁਤ ਪਹੁੰਚ ਜਾਂਦਾ ਜਿਹੜਾ ਬੰਦਾ, ਚਾਹੇ ਉਹ ਫਿਲੋਸਫੀਕਲ ਪਹੁੰਚ ਜੇ, ਚਾਹੇ ਅਧਿਆਤਮ ਦੇ ਅੰਦਰ ਪਹੁੰਚ ਜੇ, ਹੈ ਨਾ, ਉਹ ਅਨਹੱਦ ਹੋ ਜਾਂਦਾ, ਉਹਦੇ 'ਚ ਈਰਖਾਵਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖਤਮ ਹੁੰਦੀਆਂ ਨੇ ਇੱਕ ਲੈਵਲ ਦੇ ਉੱਤੇ, ਉਹ ਬਾਕੀ ਲੋਕਾਂ ਨਾਲ ਥੋੜ੍ਹਾ ਹੁੰਦਾ ਜਦੋਂ, ਹੈ ਨਾ। ਪਰ ਮੈਂ ਦੇਖਦਾ ਗਾ ਕਿ ਜਦੋਂ ਕਈ ਵਾਰ ਤੁਹਾਡੀ ਇੰਟਰਨਲ ਲੜਾਈਆਂ ਹੁੰਦੀਆਂ ਨੇਗੀਆਂ ਤੁਹਾਡੀ ਹੀ ਧਿਰਾਂ ਦੀਆਂ, ਜਿਹੜੀਆਂ ਸਾਰੀਆਂ ਧਿਰਾਂ ਲਗਭਗ ਪ੍ਰਿੰਸੀਪਲੀ ਨਾ ਕਹੀਏ ਇੱਕ ਚੀਜ਼ 'ਤੇ ਸੋਚਦੀਆਂ ਨੇ ਇੱਕ ਤਰ੍ਹਾਂ, ਉੱਥੇ ਐਂ ਲੱਗਦਾ ਹੁੰਦਾ ਗਾ ਕਿ ਯਾਰ ਕੋਈ ਬੰਦਾ ਜਿਹੜਾ ਕਿਤੇ, ਜੇ ਕੋਈ ਪਹੁੰਚਿਆ ਹੋਇਆ ਬੰਦਾ ਹੋਊਗਾ, ਕਈ ਵਾਰ ਵੀ ਜਿਹੜੇ ਇਹਨੂੰ ਸੁਣਨ ਵਾਲੇ ਹੋਣਗੇ ਉਹ ਬਹੁਤ ਬੇਕਿਰਕ ਹੋ ਜਾਣਗੇ, ਉਹ ਬਹੁਤ ਇਨਸੈਂਸਿਟਿਵ ਹੋ ਜਾਣਗੇ। ਉਹ 'ਚ ਫਿਰ ਫਰਕ ਨਹੀਂ ਰਹਿੰਦਾ ਜਦੋਂ ਤੁਸੀਂ RSS ਦੇ ਬਹੁਤ ਸਾਰੇ ਲੋਕਾਂ ਦੀ ਆਲੋਚਨਾ ਕਰਦੇ ਹੋ ਜਾਂ ਉਸ ਤਰ੍ਹਾਂ ਦੀਆਂ ਧਿਰਾਂ ਦੀ ਤੁਸੀਂ ਆਲੋਚਨਾ ਕਰਦੇ ਹੋ, ਉਹ ਐਂ ਲੱਗ ਰਿਹਾ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ। ਤੁਹਾਨੂੰ ਪਤਾ ਮੈਂ ਕਿਸ ਰੈਫਰੈਂਸ ਨਾਲ ਗੱਲ ਕਰ ਰਿਹਾ ਗਾ, ਕਿਹੜੀਆਂ ਗੱਲਾਂ ਹੋਈਆਂ ਨੇ। ਤੁਹਾਨੂੰ ਆਪਦੇ ਆਪ ਨੂੰ ਕਦੇ ਲੱਗਦਾ ਗਾ ਕਿ ਤੁਸੀਂ ਉਹ ਇੰਸਟੈਂਟ ਰਿਐਕਸ਼ਨ ਹੁੰਦਾ ਗਾ ਪ੍ਰਭਸ਼ਰਨਵੀਰ ਭਰਾਵਾਂ, ਪ੍ਰਭਸ਼ਰਨਵੀਰ, ਪ੍ਰਭਸ਼ਰਨਦੀਪ ਦਾ, ਜਾਂ ਉਹ ਗੁੱਸਾ ਹੁੰਦਾ ਗਾ ਇੰਸਟੈਂਟ, ਜਾਂ ਉਹ ਤੁਹਾਡਾ ਪ੍ਰਿੰਸੀਪਲੀ ਤੁਹਾਨੂੰ ਲੱਗਦਾ ਨਹੀਂ ਇਹ ਤਾਂ ਐਂ ਹੁੰਦਾ, ਐਂ ਕਰਨਾ ਪਊਗਾ? ਨਹੀਂ, ਦੇਖੋ ਜਿਹੜੀ ਗੱਲ ਆ ਨਾ, ਜਿਹੜੇ ਕੋਈ ਵੀ ਸੰਘਰਸ਼ ਚੱਲ ਰਿਹਾ, ਇੱਕ ਤਾਂ ਉਹਨੂੰ ਢਾਹ ਲੱਗਦੀ ਹੈ ਬਾਹਰੋਂ ਤੇ ਦੂਜੀ ਉਹਨੂੰ ਢਾਹ ਲੱਗਦੀ ਹੈ ਅੰਦਰੋਂ। ਜਦੋਂ ਤੁਸੀਂ ਦੇਖ ਰਹੇ ਹੈ, ਸਮਝ ਰਹੇ ਹੈ ਕਿ ਕੋਈ ਬੰਦੇ, ਕੋਈ ਤਾਕਤਾਂ ਜਿਹੜੀਆਂ ਉਸ ਸੰਘਰਸ਼ ਨੂੰ ਅੰਦਰੋਂ ਢਾਹ ਲਾਉਂਦੀਆਂ, ਤੇ ਬੰਦੇ ਦਾ ਜਜ਼ਬਾਤੀ ਹੋਣਾ ਜਿਹੜਾ, ਉਹਦਾ ਗੁੱਸੇ 'ਚ ਆਉਣਾ ਜਿਹੜਾ, ਉਹ ਸੁਭਾਵਿਕ ਹੈ। ਤੇ ਕਈ ਵਾਰੀ ਗੁੱਸੇ ਦੇ ਵਿੱਚ ਕਈ ਸ਼ਬਦ ਇਹੋ ਜਿਹੇ ਨਿਕਲ ਜਾਂਦੇ ਆ, ਪਰ ਉਹ ਕੋਈ ਇਹੋ ਜਿਹੀ ਜਿਵੇਂ ਆਈਡੀਓਲੋਜੀਕਲ ਸਟੈਂਡ ਨਹੀਂ ਗਾ, ਕੋਈ ਉਹ ਪੋਜੀਸ਼ਨ ਨਹੀਂ ਗੀ ਸਾਡੀ, ਉਹ ਹੱਦਾਂ ਪਾਰ ਹੋਣੀਆਂ ਚਾਹੀਦੀਆਂ ਨੇ। ਤੁਹਾਨੂੰ ਵੀ ਪਤਾ ਉਹ ਹੱਦਾਂ, ਮੈਨੂੰ ਐਂ ਲੱਗਦਾ ਉਹ ਹੱਦਾਂ ਪਾਰ ਹੁੰਦੀਆਂ ਨੇ, ਉਹ ਹੋਣੀਆਂ ਚਾਹੀਦੀਆਂ ਨੇ, ਜਾਂ ਤੁਹਾਨੂੰ ਗੁੱਸੇ 'ਚ ਹੋ ਜਾਂਦੀਆਂ ਨੇ, ਇੰਸਟੈਂਟ ਰਿਐਕਸ਼ਨ ਹੁੰਦਾ ਉਹ, ਕਿਸੇ ਨੂੰ ਕਰਦੇ ਤੇ ਉਸ ਉਹਨਾਂ ਚਲਾਕੀਆਂ ਦਾ ਰਾਹੀਂ ਸੰਘਰਸ਼ ਨੂੰ ਢਾਹ ਲਾਉਂਦੇ ਵਿਹਨੇ ਆ, ਤੇ ਉਹਦੇ 'ਚ ਗੁੱਸਾ ਆਉਣਾ ਸੁਭਾਵਿਕ ਹੈ, ਕਈ ਵਾਰੀ ਗੁੱਸਾ ਆ ਜਾਂਦਾ। ਪਰ ਵੈਸੇ ਮੈਂ ਸਮਝਦਾ ਕਿ ਜਿਹੜੀ ਬੋਲੀ ਆ ਜਿਹੜੀ ਉਹ ਬੰਦੇ ਦੀ ਹਮੇਸ਼ਾ ਜਿਹੜੀ ਠੀਕ ਰਹਿਣੀ ਚਾਹੀਦੀ ਆ, ਕੋਈ ਤਿੱਖਾ ਸ਼ਬਦ ਨਹੀਂ ਵਰਤਣਾ ਚਾਹੀਦਾ। ਪਰ ਜੇ ਆ ਵੀ ਜਾਂਦਾ ਨਾ, ਉਹਨੂੰ ਸਰੋਤਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਬੰਦਾ ਬੋਲ ਕਿੱਥੋਂ ਰਿਹਾ, ਉਹ ਜਜ਼ਬਾਤ ਦੇ ਵਿੱਚੋਂ, ਭਾਵਨਾਵਾਂ 'ਚੋਂ ਬੋਲ ਰਿਹਾ, ਉਹਨੂੰ ਗੁੱਸਾ ਤਾਂ ਆ ਰਿਹਾ ਵੀ ਉਹ ਸੱਚ ਬੋਲ ਰਿਹਾ, ਤੇ ਦੂਜੇ ਪਾਸਿਓਂ ਜਿਹੜੀਆਂ ਉਹ ਚਲਾਕੀਆਂ ਹੋ ਰਹੀਆਂ। ਜਿਹੜਾ ਬੰਦਾ, ਦੇਖੋ ਜਿਹੜਾ ਤੁਸੀਂ ਇੱਕ ਲੈਵਲ 'ਤੇ ਬੈਠੇ ਹੋ, ਇੱਕ ਜਿਹੜਾ ਬੰਦਾ ਵਿਚਾਰਾ, ਮੰਨ ਲਓ ਦੀਪ ਦੇ ਭੋਗ 'ਤੇ ਬਹੁਤ ਸਾਰੇ ਲੋਕ ਇਕੱਠੇ ਹੋਏ, ਹੈ ਨਾ, ਉਹ ਬਹੁਤ ਰੋ ਲੋਕ ਨੇ, ਹੈ ਨਾ, ਬਹੁਤ ਰੋ ਨੇ ਉਹ। ਤੁਸੀਂ ਤਾਂ ਦੁਨੀਆ ਭਰ ਨੂੰ ਪੜ੍ਹਦੇ, ਤੁਹਾਡੀਆਂ ਦੂਜੀਆਂ ਧਿਰਾਂ ਵੀ ਜਿਹੜੇ ਤੁਹਾਡੇ ਨਾਲ ਕੰਟਰਡਿਕਸ਼ਨ 'ਚ ਹੋਣੀਆਂ, ਉਹ ਬਹੁਤ ਪੜ੍ਹਦੀਆਂ ਸਮਝਦੀਆਂ ਹੋਣੀਆਂ ਸਾਰਾ, ਹੈ ਨਾ, ਤੁਹਾਡੀ ਕੱਬ ਦੀ ਪੋਲੀਟਿਕਸ, ਤੁਹਾਡੀ ਕੱਬ ਦੀ ਹਿਸਟਰੀ ਆ, ਤੁਸੀਂ ਇਕੱਠੇ ਵੀ ਰਹੇ, ਅੱਡ ਵੀ ਹੋ ਗਏ, ਬਹੁਤ ਸਾਰਾ ਕੁਛ ਆ ਉਹ। ਜਿਹੜਾ ਰੋ ਬੰਦਾ ਹੈਗਾ, ਹੈ ਨਾ, ਉਹ ਰੋ ਬੰਦੇ ਕੋਲ ਮੈਸੇਜ ਕੀ ਜਾ ਰਿਹਾ ਹੈਗਾ, ਤੁਸੀਂ ਕਦੇ ਸੋਚਦੇ ਹੋਗੇ ਕਿ ਹਾਂ ਯਾਰ ਇਹਨੂੰ ਥੋੜ੍ਹਾ ਉਸ ਲੈਵਲ 'ਤੇ ਸਾਨੂੰ, ਮਤਲਬ ਉਹ ਬੰਦਿਆਂ ਨੇ ਬਾਅਦ 'ਚੋਂ ਰਿਐਕਟ ਕੀਤਾ ਕਿ ਯਾਰ ਇਹ ਇੰਨੀ ਇੰਨਾ ਸਾਰਾ ਕੁਛ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ 'ਚ, ਮੈਂ ਪੜ੍ਹਿਆ ਲੋਕਾਂ ਨੂੰ ਪੜ੍ਹਿਆ ਵੀ, ਅਤੇ ਗੱਲਾਂ 'ਚ ਵੀ ਲੋਕਾਂ ਨੇ ਕਿਹਾ ਪਰਵਲੀ ਵੀ ਕਿ ਯਾਰ ਆਹੀ ਕੁਛ ਹੋਣਾ ਹੁੰਦਾ ਗਾ, ਇਕੱਠੇ ਹੋ ਜਾਓ ਆਹੀ ਹੋਣਾ ਹੁੰਦਾ ਗਾ।
ਚੱਬੇ ਹੋ ਇਕੱਠੇ ਹੋ ਜਾਓ ਇੱਥੇ ਹੋ ਜਾਓ ਇੱਥੇ ਬਾਅਦ ਚੋਂ ਆਹ ਹੋਣਾ ਹੁੰਦਾ ਦੇਖੋ ਜਿਹੜੀ ਤਾਂ ਹੁਣ ਬਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਭੋਗ ਤੇ ਜਿਹੜੀ ਗੱਲ ਹੋਈ ਆ ਉਹਦੇ ਸਾਡੇ ਤਾਂ ਕੋਈ ਰੋਲ ਨਹੀਂ ਗਾ ਅਸੀਂ ਤਾਂ ਕੋਈ ਸਟੇਟਮੈਂਟ ਦਿੱਤੀ ਨਹੀਂ ਨਾ ਅਸੀਂ ਕੁਛ ਕਿਹਾ ਉਹਦੇ ਬਾਰੇ ਉੱਥੇ ਭੋਗ ਦੇ ਉੱਤੇ ਜੋ ਕੁਛ ਹੋਇਆ ਉਹਦੇ ਤੋਂ ਕੁਛ ਸੰਗਤ ਆ ਜਿਹੜੀ ਉਹਦੀ ਸੰਤੁਸ਼ਟੀ ਨਹੀਂ ਸੀ ਵੀ ਪ੍ਰੋਗਰਾਮ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਨੂੰ ਲੱਗਦਾ ਸੀਗਾ ਵੀ ਪ੍ਰੋਗਰਾਮ ਕਿਸੇ ਹੋਰ ਤਰੀਕੇ ਨਾਲ ਹੋਣਾ ਚਾਹੀਦਾ ਸੀ ਪਰ ਉਹਦੇ ਬਾਰੇ ਅਸੀਂ ਤਾਂ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਗੀ ਨਾ ਹੀ ਅਸੀਂ ਕਿਸੇ ਨੂੰ ਕੁਛ ਕਿਹਾ ਨਾ ਕਿਸੇ ਨੂੰ ਦੋਸ਼ ਦਿੱਤਾ ਪਰ ਮੈਂ ਇੱਕ ਗੱਲ ਤੁਹਾਡੇ ਨਾਲ ਫੇਰ ਦੁਬਾਰਾ ਇਹ ਕਰਨੀ ਚਾਹੁੰਦਾ ਕਿ ਕੋਈ ਅਸੀਂ ਇਹ ਕਦੇ ਕਲੇਮ ਨਹੀਂ ਕਰਦੇ ਵੀ ਸਾਡੀ ਅਵਸਥਾ ਬਹੁਤ ਉੱਚੀ ਹੈ ਨਹੀਂ ਗੀ ਅਸੀਂ ਸਧਾਰਨ ਲੋਕ ਹੈ ਤੇ ਹਰ ਬੰਦੇ ਨੂੰ ਕਦੇ ਨਾ ਕਦੇ ਗੁੱਸਾ ਆ ਜਾਂਦਾ ਤੇ ਆਉਣਾ ਵੀ ਚਾਹੀਦਾ ਜਿਹੜੀ ਪੋਲੀਟਿਕਸ ਹੈ ਜਾਂ ਜਿਹੜੇ ਤੁਹਾਡਾ ਸੰਘਰਸ਼ ਹੈ ਜਿਹੜਾ ਉਹਦੇ ਚੋਂ ਤੁਸੀਂ ਆਪਦੇ ਜਜ਼ਬਾਤ ਆ ਜਿਹੜੇ ਉਹ ਮਨਫੀ ਨਹੀਂ ਕਰ ਸਕਦੇ ਸੋ ਉਹ ਗੁੱਸਾ ਆਮ ਕਰਕੇ ਉਦੋਂ ਆਉਂਦਾ ਜਦੋਂ ਚਲਾਕੀਆਂ ਦੀ ਹੱਦ ਹੋ ਜਾਂਦੀ ਹੈ ਪ੍ਰੋਫੈਸਰ ਵੀਰ ਮੈਂ ਇਹ ਕਹਿਣਾ ਕਿ ਐਂ ਲੱਗਦਾ ਹੁੰਦਾ ਮੰਨ ਲਓ ਜੋ ਤੁਸੀਂ ਸੁਪਨਾ ਦੇਖ ਰਹੇ ਹੋ ਜੇ ਕਦੇ ਉਹ ਪੂਰਾ ਹੋ ਜੇ ਤਾਂ ਸ਼ਾਇਦ ਮਤਲਬ ਇਹਨਾਂ ਨੂੰ ਤੁਸੀਂ ਮਤਲਬ ਤੁਹਾਡੀਆਂ ਸਾਰਿਆਂ ਦੀ ਮੈਂ ਗੱਲ ਕਰਦਾ ਤੁਹਾਡੀ ਨਹੀਂ ਵੀ ਕਿਤੇ ਇੱਕ ਦੂਜੇ ਨੂੰ ਇਲੀਮੀਨੇਟ ਤਾਂ ਨਹੀਂ ਕਰਨ ਲੱਗ ਗਏ ਮਤਲਬ ਐਂ ਲੱਗਦਾ ਹੁੰਦਾ ਹੈਗਾ ਮਤਲਬ ਉਹ ਬੜਾ ਹੀ ਮਤਲਬ ਜਿਹੜਾ ਬਾਹਰੋਂ ਬੰਦਾ ਦੇਖ ਰਿਹਾ ਹੁੰਦਾ ਨਾ ਇੱਕ ਆਡੀਅੰਸ ਦੇ ਤੌਰ 'ਤੇ ਇੱਕ ਮਤਲਬ ਇੱਕ ਜਰਨਲਿਸਟ ਦੇ ਤੌਰ 'ਤੇ ਮੈਂ ਸਾਰਿਆਂ ਨੂੰ ਦੇਖਦਾ ਲੈਫਟ 'ਚ ਵੀ ਦੇਖਦਾ ਮੈਂ ਤੁਹਾਡੇ 'ਚ ਵੀ ਦੇਖਦਾ ਕਿ ਉਹ ਐਂ ਲੱਗ ਰਿਹਾ ਹੁੰਦਾ ਵੀ ਜੇ ਇਹਨਾਂ ਦਾ ਸੁਪਨਾ ਜਿਹੜੇ ਸਾਰੇ ਹੀ ਦੇਖ ਰਹੇ ਨੇ ਇਹ ਵੀ ਆ ਗਿਆ ਅਤੇ ਜਿਵੇਂ ਉੱਥੇ ਟ੍ਰੋਟਸਕੀ ਇੱਕ ਬਣ ਗਿਆ ਕਿਤੇ ਇਹ ਮਤਲਬ ਐਂ ਲੱਗਦਾ ਹੁੰਦਾ ਫੀਲਿੰਗ ਐਂ ਆਉਂਦੀ ਹੁੰਦੀ ਹੈਗੀ ਨਹੀਂ ਜੀ ਦੇਖੋ ਇਹ ਗਲਤ ਫੀਲਿੰਗ ਹੈ ਮੇਰੇ ਖਿਆਲ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਗੀ ਜਿਹੜਾ ਜ਼ਬਾਨੀ ਕਲਾਮ ਤੁਹਾਡੇ ਕੱਲਿਆਂ ਬਾਰੇ ਨਹੀਂ ਕਹਿ ਰਿਹਾ ਮੈਂ ਇੱਕ ਪੂਰੇ ਫਨੋਮਨੇ ਦੀ ਗੱਲ ਕਰ ਰਿਹਾ ਫਨੋਮਨੇ ਤੇ ਕਹਿ ਰਿਹਾ ਫਨੋਮਨਾ ਦੇਖ ਕੇ ਸਾਰੇ ਫਨੋਮਨੇ ਮੈਂ ਲੈਫਟ ਵਾਲਾ ਵੀ ਕਹਿ ਰਿਹਾ ਤੁਹਾਨੂੰ ਮੈਂ ਟ੍ਰੋਟਸਕੀ ਇਸੇ ਕਰਕੇ ਐਗਜ਼ਾਮਪਲ ਦਿੱਤੀ ਕੋਈ ਵੀ ਸੰਘਰਸ਼ ਕਰ ਰਹੀ ਧਿਰ ਹੈ ਕਿਸੇ ਵੀ ਧਿਰ ਦਾ ਸੰਘਰਸ਼ ਵੇਖ ਲਓ ਭਾਵੇਂ ਉਹ ਕਸ਼ਮੀਰੀ ਆ ਫਲਸਤੀਨੀ ਆ ਕੋਈ ਹੋਰ ਹੈ ਆਪਸ ਦੇ ਵਿੱਚ ਜਿਹੜਾ ਇੰਟਰਨਲ ਥੋੜਾ ਬਹੁਤਾ ਟੈਨਸ਼ਨ ਆ ਜਿਹੜੀ ਉਹ ਹੁੰਦੀ ਹੈ ਬਹੁਤੇ ਸੰਘਰਸ਼ਾਂ ਦੇ ਵਿੱਚ ਉਹ ਵਾਇਲੈਂਸ ਤੱਕ ਵੀ ਚਲੀ ਜਾਂਦੀ ਹੈ ਜਿਹੜਾ ਹਮਾਸ ਤੇ ਜਿਹੜੀ ਉੱਥੇ ਉਹ ਯਾਸਰ ਅਰਾਫਤ ਵਾਲਾ ਫਤਿਹ ਗਰੁੱਪ ਹੈ ਉਹਨਾਂ ਦੇ ਵਿੱਚ ਵੀ ਵਾਇਲੈਂਸ ਹੋਈ ਆ ਕਾਫੀ ਹੱਦ ਤੱਕ ਸਿੱਖਾਂ ਦੇ ਵਿੱਚ ਮੈਂ ਇਹ ਸਮਝਦਾ ਬਾਕੀ ਸਾਰੀ ਦੁਨੀਆਂ ਦੇ ਸੰਘਰਸ਼ਾਂ ਨਾਲੋਂ ਉਸ ਹੱਦ ਤੱਕ ਦੀ ਟੈਨਸ਼ਨ ਘੱਟ ਹੈ ਬਹੁਤ ਬਾਕੀ ਜਿਹੜਾ ਵਿਚਾਰਧਾਰਕ ਵਿਰੋਧ ਹੈ ਜਾਂ ਵਿਚਾਰਧਾਰਕ ਜਿਹੜਾ ਟਕਰਾਅ ਹੈ ਕਿਸੇ ਧਿਰ ਦਾ ਅੰਦਰੂਨੀ ਵਿਚਾਰਧਾਰਕ ਟਕਰਾਅ ਉਹ ਜ਼ਰੂਰ ਚੱਲਣਾ ਚਾਹੀਦਾ ਉਦੋਂ ਉਹਦੇ ਵਿੱਚੋਂ ਹੀ ਸੰਘਰਸ਼ ਦੀ ਲਾਈਨ ਸਪਸ਼ਟ ਹੁੰਦੀ ਆ ਜੇ ਅਸੀਂ ਇਹ ਕਹੀ ਜਾਈਏ ਵੀ ਹਰ ਗੱਲ ਤੇ ਪਰਦਾ ਪਾਈ ਜਾਈਏ ਵੀ ਨਹੀਂ ਜੀ ਨਹੀਂ ਉਹਨੇ ਆਪਦੇ ਵਿਚਾਰ ਦੇ ਤੇ ਅਸੀਂ ਆਪਦੇ ਵਿਚਾਰ ਦੇ ਦੇਣੇ ਆ ਕਿਸੇ ਦਾ ਵਿਰੋਧ ਨਾ ਕਰੋ ਮਿੱਠੀਆਂ ਮਿੱਠੀਆਂ ਗੱਲਾਂ ਕਰੀ ਚੱਲੋ ਉਹਦੇ ਨਾਲ ਫਿਰ ਸੰਘਰਸ਼ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਜਾਂਦੀ ਆ ਚਾਹੀਦੀਆਂ ਇਹ ਹੱਦਾਂ ਪਾਰ ਹੋਣ ਵਾਲੀ ਗੱਲ ਹੀ ਝੂਠ ਹੈ ਜਿਹੜੀ ਥੋੜੀ ਬਹੁਤੀ ਟੈਨਸ਼ਨ ਹੈ ਜਿਹੜੀ ਬੋਲ ਬੁਲਾਰੇ ਦੀ ਟੈਨਸ਼ਨ ਹੈ ਉਹਦੇ ਨਾਲੋਂ ਵੱਧ ਹੁੰਦੀ ਹੈ ਬਾਕੀ ਸਾਰੀਆਂ ਧਿਰਾਂ ਦੇ ਵਿੱਚ ਦੁਨੀਆਂ ਦੇ ਕਿਸੇ ਵੀ ਸੰਘਰਸ਼ ਦਾ ਇਤਿਹਾਸ ਪੜ੍ਹ ਲਓ ਜਿਹੜੀ ਹੁਣ ਅਲਜੀਰੀਆ ਦੀ ਮੂਵਮੈਂਟ ਦਾ ਲੈਫਟ ਸਭ ਤੋਂ ਵੱਧ ਉਦਾਹਰਨ ਦਿੰਦਾ ਅਲਜੀਰੀਆ ਦੀ ਮੂਵਮੈਂਟ ਦੇ ਵਿੱਚ ਵੀ ਦੋ ਗਰੁੱਪ ਸੀਗੇ ਫਰਾਂਸ ਦੇ ਵਿੱਚ ਹੀ ਉਹਨਾਂ ਦੀ ਆਪਸ ਦੇ ਵਿੱਚ ਗੋਲੀਬਾਰੀ ਹੁੰਦੀ ਸੀ ਸੋ ਇਹ ਗੱਲ ਨਹੀਂ ਕੀ ਹਰ ਥਾਂ ਰਸ਼ੀਆ 'ਚ ਵੀ ਸੀਗੇ ਬੋਲਸ਼ਵਿਕ ਤੇ ਮੈਨਸ਼ਵਿਕ ਤੁਹਾਨੂੰ ਆਪਦੀ ਲਾਈਨ ਸਪਸ਼ਟ ਕਰਨ ਵਾਸਤੇ ਗਲਤ ਨੂੰ ਗਲਤ ਕਹਿਣਾ ਪੈਂਦਾ ਜੇ ਤੁਸੀਂ ਗਲਤ ਨੂੰ ਗਲਤ ਨਾ ਕਹੋਗੇ ਇਹੀ ਗੱਲ ਕੱਲ ਨੂੰ ਉੱਠ ਕੇ ਬਾਦਲ ਦੇ ਸਪੋਰਟਰ ਕਹਿ ਦੇਣਗੇ ਵੀ ਨਹੀਂ ਜੀ ਉਹਨਾਂ ਦਾ ਕਹਿੰਦੇ ਵੀ ਆ ਵੀ ਤੁਸੀਂ ਕਿਉਂ ਵਿਰੋਧ ਕਰੀ ਜਾਂਦੇ ਆ ਤੁਸੀਂ ਆਪਸ 'ਚ ਹੀ ਲੜਾਈ ਜਾਂਦੇ ਆ ਸੋ ਕਿਸੇ ਕਿਤੇ ਤੁਹਾਨੂੰ ਜਿਹੜੀ ਆ ਹੱਦ ਮਿਸਣੀ ਪੈਂਦੀ ਆ ਕਿਤੇ ਤੁਹਾਨੂੰ ਜਾ ਕੇ ਵਿਰੋਧ ਵੀ ਕਰਨਾ ਪੈਂਦਾ ਤੇ ਮੇਰੇ ਖਿਆਲ 'ਚ ਜਾਇਜ਼ ਵੀ ਆ ਜੀ ਜੀ ਧੰਨਵਾਦ ਤੁਹਾਡਾ ਪ੍ਰੋਫੈਸਰ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਪ੍ਰਭ ਸ਼ਰਨਵੀਰ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਔਰ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡੀ ਚੇਂਜ ਆਈ ਹੈ ਔਰ ਸਿੱਖ ਮਸਲਿਆਂ ਦੇ ਉੱਤੇ ਵੀ ਉਹਨਾਂ ਨੇ ਕਹੀ ਲੈਫਟ ਵਾਲੇ 'ਤੇ ਵੀ ਉਹਨਾਂ ਨੇ ਕਹੀ ਕਿ ਜੇ ਕਿਸੇ ਨੇ ਖੁਲਦਲੀ ਨਾਲ ਬਹਿਸ ਵਾਕਈ ਕਰਨੀ ਹੈ ਤਾਂ ਹੋਣੀ ਚਾਹੀਦੀ ਹੈ ਪਰ ਉਹ ਕਹਿ ਰਿਹਾ ਅੱਜ ਕੱਲ੍ਹ ਕਲਚਰ ਰਾਜਨੀਤੀ ਨੂੰ ਡਰਾਈਵ ਕਰ ਰਿਹਾ